एक मेरे नाच दा जो लगता है कि ना थोड़े जो ओवर कॉन्फिडेंट है इतने के चीज भी है कि अगर शायद ये चीज शेयर कर दांगे मैं कहना मतलब ये चीज सच है उन्हें लगता है कि शायद साड़ी ऑडियंस या साड़ी फैन फॉलोइंग उन्हें ना जुड़ जाएगी ऐसा मेरे लगता कदे भी नहीं होता ते कई चीजें मतलब मेरे कई रिलेटिव्स ने हो जिया चीजें कि जो ਮੈਨੂੰ ਬਹੁਤ ਅਫੈਕਟ ਕੀਤੀਆਂ ਸੀ ਉਸ ਟਾਈਮ ਤੇ ਬਟ ਨਾਓ ਆਈ ਨੋ ਦੈਟ ਆਮ ਡੂਇੰਗ ਗੁੱਡ ਐਂਡ ਆਈ ਕੈਨ ਇਟ ਜਸਟ ਡਸਨਟ ਮੈਟਰ ਮੈਂ ਦੱਸਦਾ ਤੁਹਾਨੂੰ ਮੈਂ ਇੱਕ ਦੋ ਜੋ ਨੋਨ ਫੇਸ ਹੈ ਨਾਮ ਤਾਂ ਚਲੋ ਕੀ ਲੈਣਾ ਉਹਨਾਂ ਨੂੰ ਕਿਹਾ ਸੀ ਪੋਸਟਰ ਸ਼ੇਅਰ ਕਰ ਲਓ ਤੇ ਉਹਨਾਂ ਨੇ ਕੀਤਾ ਨਹੀਂ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਅਗਰ ਅਸੀਂ ਇਸ ਦਾ ਪੋਸਟਰ ਸਟੋਰੀ ਜਾਂ ਕਿਤੇ ਪਾਤਾ ਜਾਂ ਕੁਛ ਹੈ ਕਿਤੇ ਸਾਡੀ ਆਡੀਅੰਸ ਮਤਲਬ ਜਾਂ ਸਾਡੇ ਜਿਹੜੇ ਵੀ ਹੈਗੇ ਆ ਫੈਨ ਤਾਂ ਇਹਨੂੰ ਫੋਲੋ ਨਾ ਕਰ ਲੈਣ ਜਾਂ ਉੱਧਰ ਨਾ ਚਲੇ ਜਾਣ Hi everyone, this is Lalima Sharma and you guys are watching Kent Punjab. Well, Punjabi industry di gal kariye, as we all know ki bahut sariyan filmaan release hundiyan ne, but jadon vi koi nave chehre samne aande ne te sanu dekh ke vi khushi hundi hai ki finally assi Punjabi industry de vich kuch freshness dekh rahe ha and now Painter film release ho rahi hai jisde vich do artist hege ne jo ki apna debut karan ja rahe ne. Well, I am with right now Mehraj Singh and Akriti Sahota. Sat Shri Akal ji. Sat Shri Akal ji. Kive ho jo tusi? Bahut vadiya. ਬਹੁਤ ਹੀ ਵਧੀਆ ਤੇ ਨਾਓ ਫਾਈਨਲੀ ਵੱਡੀ ਸਕਰੀਨ ਦੇ ਉੱਤੇ ਡੈਬਿਊ ਹੋਣਾ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਥੀਏਟਰ ਦੇ ਵਿੱਚ ਵੇਖੀਏ ਵੱਡੀ ਸਕਰੀਨ ਦੇ ਉੱਤੇ ਵੇਖੀਏ ਸੋ ਪਹਿਲਾਂ ਤਾਂ ਦੱਸੋ ਕਿ ਡੈਬਿਊ ਲਈ ਨਰਵਸਨੈਸ ਹੈਗੀ ਹੈ ਕਿ ਕੌਨਫੀਡੈਂਟ ਪੂਰੇ ਹੈਗੇ ਹੋ ਕਿ ਅੱਗ ਲਾਈ ਦੇਣੀ ਹੈ ਨਹੀਂ ਬਟ ਅਗਰ ਸੱਚ ਦੱਸੀਏ ਤਾਂ ਓਬਵੀਅਸਲੀ ਹਰ ਬੰਦਾ ਡੈਬਿਊ ਦੇ ਟਾਈਮ ਤੇ ਪਤਾ ਨਹੀਂ ਬਟ ਅਸੀਂ ਥੋੜੇ ਨਰਵਸ ਹੈਗੇ ਆ ਸਾਨੂੰ ਇਦਾਂ ਲੱਗਦਾ ਕਿ ਸਾਡੇ ਐਗਜ਼ਾਮ ਹੋ ਗਏ ਹੈ ਰਿਜ਼ਲਟ ਦੀ ਵੇਟ ਹੈ ਹੁਣ ਥੋੜ੍ਹਾ ਜਿਹਾ ਬਟ ਥੋੜ੍ਹੀ ਐਕਸਾਈਟਮੈਂਟ ਵੀ ਹੈ ਬਾਕੀ ਹੁਣ ਲੋਕਾਂ 'ਤੇ ਛੱਡਿਆ ਅਸੀਂ ਟ੍ਰੇਲਰ ਮਤਲਬ ਸਾਨੂੰ ਵਧੀਆ ਰਿਸਪੋਂਸ ਮਿਲਿਆ ਟ੍ਰੇਲਰ ਦਾ ਕਿ ਉਹਨਾਂ ਨੂੰ ਲੱਗਿਆ ਕਿ ਕੁਛ ਫਰੈਸ਼ ਹੈ ਅਤੇ ਕੁਛ ਨਵਾਂ ਹੈ ਬਾਕੀ ਚਲੋ ਹੁਣ ਲੋਕਾਂ ਦੇ ਭਰੋਸੇ ਹੈ ਤੁਸੀਂ ਦੱਸੋ ਤੁਹਾਡੀ ਕੀ ਚੱਲ ਰਹੀ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਥੀਏਟਰ 'ਚ ਦੇਖਾਂਗੇ ਮੈਨੂੰ ਤਾਂ ਬਹੁਤ ਐਕਸਾਈਟਮੈਂਟ ਹੈ ਉਸ ਚੀਜ਼ ਦੀ ਹਾਂ ਮੈਨੂੰ ਬਹੁਤ ਐਕਸਾਈਟਮੈਂਟ ਉਸ ਚੀਜ਼ ਦੀ ਔਰ ਨਰਵਸਨੈਸ ਅਫਕੋਰਸ ਹੈ ਕਿਉਂਕਿ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਸਾਰੇ ਬਸ ਇਸ ਚੀਜ਼ ਨੂੰ ਲੈ ਕੇ ਨਰਵਸ ਆ ਕਿ ਸਭ ਨੂੰ ਕਿਵੇਂ ਲੱਗੇਗਾ ਸੋ ਵੀ ਜਸਟ ਐਕਸਾਈਟਿਡ ਐਂਡ ਨਰਵਸ ਮਿਕਸ ਜਦੋਂ ਇਸ ਫਿਲਮ ਦਾ ਪੋਸਟਰ ਪਹਿਲੀ ਵਾਰੀ ਆਇਆ ਹੋਣਾ ਤੁਹਾਡੇ ਕੋਲ ਅਫਕੋਰਸ ਤੁਸੀਂ ਆਪਦੇ ਆਪ ਨੂੰ ਪੋਸਟਰ ਦੇ ਵਿੱਚ ਵੇਖਿਆ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਤਾਂ ਉੱਥੇ ਹੀ ਪਾਰ ਹੋ ਜਾਂਦੀ ਹੈ ਕਿ ਜਦੋਂ ਅਸੀਂ ਨਾ ਪੋਸਟਰ ਦੇ ਵੱਲ ਦੇਖਦੇ ਹਾਂ ਤਾਂ ਆਪਣੇ ਆਪ ਨੂੰ ਨਿਹਾਰਦੇ ਰਹਿੰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਦੇ ਲੱਗ ਰਹੇ ਹਾਂ ਸੋ ਟੈਲ ਮੀ ਜਦੋਂ ਤੁਹਾਡੇ ਕੋਲ ਪੋਸਟਰ ਆਇਆ ਕਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਨਿਹਾਰਿਆ ਹੀ ਹੈਗਾ ਨਹੀਂ ਇਹ ਗੱਲ ਤੁਸੀਂ ਬਿਲਕੁਲ ਸੱਚ ਕਹਿ ਰਹੇ ਹਾਂ ਜਦੋਂ ਮੈਂ ਪੋਸਟਰ ਦੇਖਿਆ ਸੀ ਪਹਿਲੀ ਵਾਰ ਮਤਲਬ ਮੈਨੂੰ ਬ੍ਰਦਰ ਤਾਜ ਨੇ ਸਰਪ੍ਰਾਈਜ਼ ਦਿੱਤਾ ਸੀ ਪਹਿਲਾਂ ਉਹਨੇ ਮੈਨੂੰ ਦੱਸਿਆ ਨਹੀਂ ਹੈ ਅਤੇ ਜਦੋਂ ਜਿਸ ਦਿਨ ਅਸੀਂ ਸ਼ੇਅਰ ਕਰਨਾ ਸੀ ਪੋਸਟਰ ਪਾਉਣਾ ਸੀ ਉਸ ਦਿਨ ਮੈਨੂੰ ਵਟਸਐਪ 'ਤੇ ਮੈਸੇਜ ਆਉਂਦਾ ਨਹੀਂ ਤਾਂ ਪੋਸਟਰ ਕੁਛ ਦਿਨ ਪਹਿਲਾਂ ਬਣਦਾ ਅਤੇ ਉਹ ਮੈਨੂੰ ਉਹਨਾਂ ਨੇ ਦਿਖਾਇਆ ਨਹੀਂ ਕਿ ਅਸੀਂ ਕੀ ਬਣਾਇਆ ਮੇਰੇ ਲਈ ਇੱਕ ਸਰਪ੍ਰਾਈਜ਼ ਸੀ ਜਦੋਂ ਮੈਂ ਪੋਸਟਰ ਦੇਖਿਆ ਤਾਂ ਸੱਚੀ ਦੱਸਾਂ ਤਾਂ ਮਤਲਬ ਮੇਰੇ ਅੱਖਾਂ 'ਚ ਥੋੜ੍ਹਾ ਜਿਹਾ ਪਾਣੀ ਸੀ ਕਿ ਯਾਰ ਮਤਲਬ ਅਲੱਗ ਹੀ ਲੈਵਲ ਦੀ ਖੁਸ਼ੀ ਸੀ ਯਾਰ ਕਿ ਕੁਛ ਵੱਖਰਾ ਜਿਹਾ ਕੁਛ ਵਧੀਆ ਜਿਹਾ ਲੱਗ ਰਿਹਾ ਸੀ ਆਪਣੇ ਆਪ ਨੂੰ ਪਤਾ ਨਹੀਂ ਕੁਛ ਅਲੱਗ ਜਿਹਾ ਫੀਲ ਹੋ ਰਿਹਾ ਸੀ ਉਸ ਟਾਈਮ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਤੇ ਮੈਂ ਖੁਸ਼ ਸੀ ਕਿ ਅਸੀਂ ਸਾਰੇ ਮਤਲਬ ਪੋਸਟਰ 'ਚ ਹੈਗੇ ਹਾਂ ਅਸੀਂ ਤਿੰਨੋਂ ਤੇ ਉਹ ਬਹੁਤ ਹੀ ਵਧੀਆ ਪੋਸਟਰ ਲੱਗਿਆ ਸੀ ਮੈਨੂੰ ਤੇ ਹਾਂ ਮੈਂ ਬਹੁਤ ਖੁਸ਼ ਸੀ ਐਂਡ ਨਾਓ ਯੂ ਨੋ ਹੁਣ ਜਿੱਥੇ ਸਾਡੀ ਪੰਜਾਬੀ ਇੰਡਸਟਰੀ ਹੈਗੀ ਆ ਜਿੱਦਾਂ ਸਾਰੇ ਕਹਿੰਦੇ ਨੇ ਕਿ ਚਲੋ ਗਰੋ ਕਰ ਰਹੀ ਹੈ ਗਰੋ ਕਰ ਰਹੀ ਹੈ ਬਟ ਨਾਓ ਜਿਹੜੇ ਲੋਕ ਹੈਗੇ ਨੇ ਉਹ ਕੰਟੈਂਟ ਵਾਈਜ਼ ਇੰਨੇ ਜ਼ਿਆਦਾ ਮੈਚੋਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਇੰਪ੍ਰੈਸ ਕਰਨਾ ਬਹੁਤ ਔਖਾ ਹੋ ਚੁੱਕਿਆ ਅੱਜ ਦੇ ਜ਼ਮਾਨੇ ਦੇ ਵਿੱਚ ਤੇ ਜਦੋਂ ਅਸੀਂ ਫਰੈਸ਼ ਫੇਸਿਸ ਕਿਉਂਕਿ ਨਾ ਪੰਜਾਬੀ ਇੰਡਸਟਰੀ ਦਾ ਇੱਕ ਤੁਸੀਂ ਕਹਿ ਸਕਦੇ ਹੋ ਸਟੀਰੀਓਟਾਈਪ ਵੀ ਕਹਿ ਸਕਦੇ ਹਾਂ ਇੱਕ ਮਿਥ ਵੀ ਹੈਗਾ ਕਿ ਚਲੋ ਜਿਸ ਤਰ੍ਹਾਂ ਦੀ ਵੀ ਫਿਲਮ ਕੱਢ ਦਿਓ ਬਟ ਜੇ ਵੱਡੇ ਚਿਹਰੇ ਹੈਗੇ ਨੇ ਤਾਂ ਫਿਲਮ ਚੱਲ ਜੂਗੀ ਬਟ ਇੱਥੇ ਤੁਹਾਨੂੰ ਲੈ ਕੇ ਵੀ ਰਿਸਕ ਹੈਗਾ ਆ ਕਿਉਂਕਿ ਨਵੇਂ ਚਿਹਰੇ ਨੇ ਆਡੀਅੰਸ ਨੂੰ ਵੀ ਇੱਕ ਯੂ ਨੋ ਫਰੈਸ਼ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਸੋ ਉਸ ਦੇ ਲਈ ਤੁਹਾਨੂੰ ਨਹੀਂ ਹੁੰਦਾ ਨਹੀਂ ਮੈਂ ਕਿਵੇਂ ਆਡੀਅੰਸ ਨੂੰ ਥੀਏਟਰ ਤੱਕ ਲੈ ਕੇ ਮੈਂ ਇੱਕ ਗੱਲ ਕਰਦਾ ਤੁਹਾਨੂੰ ਇੱਥੇ ਅੱਜ ਦੇ ਟਾਈਮ 'ਚ ਸਾਨੂੰ ਲੱਗਦਾ ਕਿ ਦੇਖੋ ਪਹਿਲਾਂ ਕੀ ਹੁੰਦਾ ਸੀ ਲਾਈਕ ਲੋਕ ਥੀਏਟਰ 'ਚ ਜਾਂਦੇ ਸੀ ਦੇਖਣ ਉਹਨਾਂ ਨੂੰ ਹਰ ਚੀਜ਼ ਨਵੀਂ ਮਿਲਦੀ ਸੀ ਜਦੋਂ ਤੋਂ ਆਪਣੇ ਇੱਕ ਓ ਟੀ ਟੀ ਪਲੇਟਫਾਰਮ ਆਇਆ ਉਹਦੇ 'ਤੇ ਬਹੁਤ ਸਾਰੇ ਕੰਟੈਂਟ ਹੈ ਈਵਨ ਉਹਦੇ 'ਤੇ ਬਹੁਤ ਸਾਰੇ ਨਵੇਂ ਆਰਟਿਸਟ ਆਏ ਆ ਤੁਸੀਂ ਦੇਖੋਗੇ ਅੱਜ ਦੇ ਟਾਈਮ 'ਚ ਲੋਕ ਫੇਸ ਮੇਰੇ ਖਿਆਲ 'ਚ ਬਾਅਦ 'ਚ ਦੇਖਦੇ ਹੈ
ਕੰਟੈਂਟ ਪਹਿਲਾਂ ਦੇਖਦੇ ਆ। ਅਗਰ ਉਹਨਾਂ ਨੂੰ ਕੰਟੈਂਟ ਵਧੀਆ ਲੱਗਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਮੈਟਰ ਕਰਦਾ ਕਿ ਉਹ ਕੌਣ ਪਰਫਾਰਮ ਕਰ ਰਿਹਾ, ਉਹ ਨਵਾਂ ਜਾਂ ਪੁਰਾਣਾ ਜੋ ਵੀ ਹੈ, ਤਾਂ ਲੋਕ ਉਸ ਚੀਜ਼ ਦਾ ਪ੍ਰੇਜ਼ ਕਰਦੇ ਆ ਕਿ ਹਾਂ ਯਾਰ ਵਾਕਈ ਕੁਛ ਵਧੀਆ ਚੀਜ਼ ਹੈ। ਅਤੇ ਇੱਦਾਂ ਦੇ ਬਹੁਤ ਸਾਰੇ ਇਗਜ਼ਾਮਪਲ ਹੈ ਕਿ ਜਿਹੜੀ ਆਪਾਂ ਵੈਬ ਸੀਰੀਜ਼ ਅਸੀਂ ਖੁਦ ਮਤਲਬ ਪਹਿਲੀ ਵਾਰ ਉਹਨਾਂ ਚਿਹਰਿਆਂ ਨੂੰ ਦੇਖਿਆ ਅਤੇ ਅੱਜ ਦੇ ਟਾਈਮ 'ਚ ਉਹ ਸਟਾਰ ਹੈ, ਤਾਂ ਸਾਨੂੰ ਵੀ ਲੱਗਦਾ ਕਿ ਚਲੋ ਅਸੀਂ ਵੀ ਕੁਛ ਅਲੱਗ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬਟ ਇਹ ਨਹੀਂ ਕਹਿੰਦੇ ਅਸੀਂ ਉਸ ਲੈਵਲ 'ਤੇ, ਬਟ ਚਲੋ ਅਸੀਂ ਆਪਣੇ ਵੱਲੋਂ 100% ਦੇਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਹੁਣ ਦੇਖਦੇ ਲੋਕ ਕਿੰਨਾ ਕੁ ਪਿਆਰ ਕਰਦੇ ਆ। ਬਟ ਇੱਕ ਤਰ੍ਹਾਂ ਦੇ ਨਾਲ ਨਾ ਇਸ ਸਮੇਂ ਹੈ ਕਿ ਪਬਲਿਕ ਨੂੰ ਥੀਏਟਰ ਤੱਕ ਪਹੁੰਚਾਉਣਾ ਬਹੁਤ ਔਖਾ ਹੋ ਚੁੱਕਿਆ ਹੈ ਜੀ, ਬਹੁਤ ਔਖਾ ਹੈ ਕਿ ਉਹ ਜਾ ਕੇ ਟਿਕਟ ਲੈਣ, ਕਿਉਂਕਿ ਉਹ ਹੁਣ ਸੋਚਦੇ ਨੇ ਕਿ ਸਾਡਾ ਪੂਰਾ ਬਜਟ ਕਿੰਨਾ ਕੁ ਲੱਗ ਜਾਵੇਗਾ। ਸੋ ਉਸ ਚੀਜ਼ ਨੂੰ ਲੈ ਕੇ ਤਾਂ ਇੱਕ ਹੋਣਾ ਹੈ ਨਾ ਕਿ ਬਸ ਅਸੀਂ ਤਾਂ ਆਪਣੀ ਚੀਜ਼ ਕਰ ਦਿੱਤੀ ਆ, ਬਟ ਫਿਰ ਵੀ ਪਬਲਿਕ ਥੀਏਟਰ ਤੱਕ ਪਹੁੰਚ ਜਾਵੇ ਜਿਵੇਂ ਮਰਜ਼ੀ ਪਹੁੰਚ ਜਾਵੇ, ਬਟ ਆਈ ਥਿੰਕ ਵਰਡ ਆਫ ਮਾਊਥ ਵੀ ਇੱਕ ਬਹੁਤ ਵੱਡੀ ਚੀਜ਼ ਹੈ। ਐਗਜੈਕਟਲੀ ਏਦਾਂ ਹੀ ਹੁੰਦਾ, ਮੈਂ ਉਹੀ ਕਹਿੰਦਾ ਕਿ ਪਬਲਿਕ ਦਾ ਕੀ ਹੁੰਦਾ, ਈਵਨ ਅਗਰ ਤੁਸੀਂ ਵੀ ਹੈ, ਮੈਂ ਵੀ ਹੈ, ਕੋਈ ਵੀ ਹੈ, ਅਸੀਂ ਦੇਖਦੇ ਹਾਂ ਕਿ ਅਗਰ ਆਹ ਫਿਲਮ ਅਸੀਂ ਥੀਏਟਰ 'ਚ ਦੇਖਣੀ ਹੈ ਤਾਂ ਮੇਰੇ ਖਿਆਲ 'ਚ ਉਹ ਆਡੀਅੰਸ, ਥੀਏਟਰ ਦੀ ਆਡੀਅੰਸ ਇੱਕ ਅਲੱਗ ਹੀ ਆਡੀਅੰਸ ਹੈ, ਉਹ ਜਾਏਗਾ ਹੀ ਜਾਏਗਾ। ਔਰ ਕੁਛ ਇੱਦਾਂ ਦੇ ਲੋਕ ਆ ਜਿਹੜੇ ਕਹਿੰਦੇ ਕਿ ਨਹੀਂ ਆਪਾਂ ਘਰ ਬੈਠ ਕੇ OTT 'ਤੇ ਦੇਖ ਲਾਂਗੇ ਜਾਂ ਇੱਦਾਂ ਕਿਤੇ ਵੀ ਆਏ ਆਪਾਂ ਉੱਥੇ ਦੇਖ ਲਾਂਗੇ, ਪਰ ਮੈਨੂੰ ਨਹੀਂ ਲੱਗਦਾ ਉਸ ਚੀਜ਼ ਨਾਲ ਫਰਕ ਪੈਂਦਾ ਇੱਦਾਂ। ਚਲੋ ਠੀਕ ਹੈ, ਜੋ ਵੱਡੇ ਆਰਟਿਸਟ ਹੁੰਦੇ ਆ, ਕਈ ਮੰਨ ਲਓ ਦਲਜੀਤ ਭਾਅ ਜੀ ਹੋ ਗਏ ਜਾਂ ਐਮੀ ਭਾਅ ਜੀ ਹੋ ਗਏ, ਉਹਨਾਂ ਦੀ ਇੱਕ ਆਪਣੀ ਆਡੀਅੰਸ ਹੈ, ਉਹ ਲੋਕ ਉਹਨਾਂ ਨੂੰ ਥੀਏਟਰ 'ਚ ਦੇਖਣਾ ਪਸੰਦ ਕਰਦੇ ਆ। ਸਾਡੇ ਲਈ ਥੋੜ੍ਹਾ ਮੁਸ਼ਕਿਲ ਹੈ ਨਵੇਂ ਮਤਲਬ ਜੋ ਚਿਹਰੇ ਹੁੰਦੇ ਆ, ਬਟ ਚਲੋ ਸਾਨੂੰ ਫਿਰ ਇਹੀ ਹੁੰਦਾ ਕਿ ਅਗਰ ਜਦੋਂ ਤੱਕ ਅਸੀਂ ਕੁਛ ਅਲੱਗ ਨਹੀਂ ਕਰਦੇ, ਵਧੀਆ ਨਹੀਂ ਕਰਦੇ, ਉਦੋਂ ਤੱਕ ਸ਼ਾਇਦ ਲੋਕ ਸਾਡੇ ਨਾਲ ਨਹੀਂ ਜੋੜਨਗੇ, ਤਾਂ ਕਰਕੇ ਅਸੀਂ ਉਹੀ ਕੋਸ਼ਿਸ਼ ਕਰਦੇ ਕਿ ਕੁਛ ਵੱਖਰਾ ਕਰੀਏ। ਸੋ ਅਕ੍ਰਿਤੀ, ਜਿਸ ਤਰ੍ਹਾਂ ਅਸੀਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਕਿ ਤੁਹਾਡਾ ਨਾ ਡਾਰਕ ਕੰਪਲੈਕਸ਼ਨ ਦੇਖਣ ਨੂੰ ਮਿਲ ਰਿਹਾ, ਰਾਈਟ? ਤੇ ਪਹਿਲਾਂ ਤਾਂ ਜਦੋਂ ਤੁਹਾਨੂੰ ਇਸ ਕੈਰੇਕਟਰ ਦੇ ਬਾਰੇ ਦੱਸਿਆ ਸੀਗਾ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਪੂਰਾ ਫੇਸ ਚੇਂਜ ਕਰ ਦੇਣਾ, ਰਾਈਟ? ਉਹ ਫੇਸ ਚੇਂਜ ਕਰਨ ਦਾ ਡਿਸੀਜਨ ਹੀ ਬਹੁਤ ਵੱਡਾ ਹੁੰਦਾ ਹੈ ਇੱਕ ਐਕਟਰਸ ਦੇ ਲਈ ਸਪੈਸ਼ਲੀ। ਸੋ ਇਹ ਡਿਸੀਜਨ ਤੁਸੀਂ ਕਿਉਂ ਲਿੱਤਾ, ਐਂਡ ਤੁਸੀਂ ਇਸ ਕੈਰੇਕਟਰ ਦੀ ਉਹ ਕਿਹੜੀ ਕੁਆਲਿਟੀ ਹੈ ਜਿਸ ਨੂੰ ਦੇਖ ਕੇ ਤੁਸੀਂ ਕਿਹਾ ਸੀ ਕਿ ਹਾਂ ਮੈਂ ਇਹ ਨਿਭਾਉਂਗੀ ਨਿਭਾਉਂਗੀ? ਵੈਸੇ ਮੈਂ ਤੁਹਾਨੂੰ ਦੱਸਾਂ, ਅਤੇ ਮੈਨੂੰ ਤੁਸੀਂ ਦੇਖਿਆ ਹੋਣਾ ਟ੍ਰੇਲਰ ਦੇ ਵਿੱਚ ਇੱਕ ਆਰਟ ਲਵਰ ਦਾ ਵੀ ਕੈਰੈਕਟਰ ਹੈ, ਤਾਂ ਅੱਜ ਸਰ ਨੇ ਪਹਿਲਾਂ ਮੈਨੂੰ ਉਸ ਕੈਰੈਕਟਰ ਲਈ ਚੂਜ਼ ਕੀਤਾ ਸੀ, ਫਿਰ ਉਹਨਾਂ ਨੂੰ ਗ੍ਰੈਜੂਅਲੀ ਲੱਗਿਆ ਹੋਏਗਾ ਕਿ ਆਕ੍ਰਿਤੀ ਕੈਨ ਡੂ ਦਿਸ ਬੈਟਰ, ਮੇ ਬੀ ਸ਼ੀ ਕੈਨ ਡੂ ਸਾਰਾ ਬੈਟਰ, ਹੈ ਨਾ? ਅਤੇ ਫਿਰ ਉਹੀ ਚੀਜ਼ ਹੈ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਯੂ ਆਰ ਨੋਟ ਡੂਇੰਗ ਦਿਸ, ਯੂ ਆਰ ਡੂਇੰਗ ਸਾਰਾ ਨਾਓ। ਸੋ ਆਈ ਵਾਜ਼ ਐਕਸਾਈਟਿਡ ਬਿਕੋਜ਼ ਮੈਨੂੰ ਲੱਗਦਾ ਸਾਰਾ ਦੇ ਜੋ ਮਤਲਬ ਕੈਰੈਕਟਰ ਦੇ ਵਿੱਚ ਉਤਾਰ ਚੜਾਵ, ਜੋ ਮਤਲਬ ਉਹਦਾ ਸਟਰਗਲ ਹੈ, ਉਹ ਮੇਰੇ ਤੋਂ ਜ਼ਿਆਦਾ ਕੌਣ ਮਤਲਬ ਰਿਲੇਟ ਕਰ ਸਕਦਾ ਹੈ? ਅਤੇ ਬਿਕੋਜ਼ ਆਈ ਵਾਜ਼ ਆਲਸੋ ਅ ਸਟਰਗਲਿੰਗ ਐਕਟਰੈਸ, ਅਤੇ ਮੇਰੇ ਲਈ ਜਿਵੇਂ ਉਹ ਓਪਰਚੁਨਿਟੀ ਸੀ, ਸਾਰਾ ਲਈ ਵੀ ਉਹ ਇੱਕ ਤਰ੍ਹਾਂ ਨਾਲ ਮਤਲਬ ਇਟਸ ਰਿਲੇਟਡ। ਸੋ ਆਈ ਥਿੰਕ ਉਹੀ ਚੀਜ਼ ਮੈਨੂੰ ਲੱਗਿਆ ਕਿ ਆਈ ਕਨੈਕਟ ਮੋਰ ਟੂ ਦਿਸ ਕੈਰੈਕਟਰ ਐਂਡ ਆਈ ਕੈਨ ਡੂ ਦਿਸ ਬੈਟਰ। ਬਟ ਇੱਕ ਨਾ ਜਿੱਦਾਂ ਇੱਕ ਆਪਾਂ ਇਸ ਦੇ ਵਿੱਚ ਲੈ ਲਈਏ ਕਿ ਡਾਰਕ ਕੰਪਲੈਕਸ਼ਨ ਦੀ ਜਿਵੇਂ ਗੱਲ ਕੀਤੀ, ਰਾਈਟ? ਹਾਂਜੀ। ਤੇ ਇੱਕ ਤਰ੍ਹਾਂ ਦੀ ਐਜ਼ ਐਨ ਐਕਟ੍ਰੈਸ ਮੈਂ ਪੁੱਛੂੰਗੀ ਕਿ ਇੱਕ ਤਰ੍ਹਾਂ ਦੀ ਇਨਸਿਕਿਉਰਿਟੀ ਵੀ ਆ ਜਾਂਦੀ ਹੈ ਕਿ ਅੱਜ ਮੈਂ ਜੇ ਆਪਣੀ ਪਹਿਲੀ ਫਿਲਮ ਦੇ ਵਿੱਚ ਹੀ ਇਸ ਤਰ੍ਹਾਂ ਦਾ ਕੰਪਲੈਕਸ਼ਨ ਅਡਾਪਟ ਕਰ ਲੂੰਗੀ, ਕਿ ਮੈਂ ਅੱਗੇ ਜਾ ਕੇ ਹੋਰ ਰੋਲਸ ਮੈਨੂੰ ਆਫਰ ਹੋਣਗੇ, ਕਿ ਯੂ ਨੋ ਇੱਕ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਸਾਡੇ ਦਿਮਾਗ 'ਚ ਚੱਲਦੀਆਂ ਰਹਿੰਦੀਆਂ ਨੇ ਕਿ ਜੇ ਮੈਂ ਪਹਿਲਾਂ ਹੀ ਕਰੈਕਟਰ ਨਿਭਾ ਲਿਆ ਦੈਨ ਅੱਗੇ ਜਾ ਕੇ ਫਿਲਮਸ ਮੈਨੂੰ ਕਿਸ ਤਰ੍ਹਾਂ ਦੀਆਂ ਆਫਰ ਹੋਣਗੀਆਂ। ਤਾਂ ਸੋ ਇਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਸੀ? ਇਹ ਕਿਤੇ ਨਾ ਕਿਤੇ ਕ੍ਰੋਸ ਕੀਤਾ ਸੀ ਮੇਰੇ ਦਿਮਾਗ 'ਚ, ਬਟ ਇਟ ਡਿਡਨਟ ਸਟੇ, ਇਹ ਮੇਰੇ ਦਿਮਾਗ 'ਚ ਸਟੇ ਨਹੀਂ ਕੀਤਾ, ਬਿਕੋਜ਼ ਮੈਨੂੰ ਐਕਚੁਲੀ ਇਸ ਕੈਰੈਕਟਰ ਨਾ ਪਿਆਰ ਸੀਗਾ। ਮੈਨੂੰ ਮੈਂ ਇਹ ਨਹੀਂ ਸੋਚਿਆ ਵੀ ਮੈਂ ਕਿੱਦਾਂ ਦੀ ਲੱਗੂੰਗੀ, ਮੈਂ ਮਤਲਬ ਮੇਕਅਪ ਕਿਵੇਂ ਦਾ ਹੋਏਗਾ, ਜਾਂ ਮੈਨੂੰ ਮਤਲਬ ਐਜ਼ ਐਨ ਐਕਟ੍ਰੈਸ ਐਕਟਿੰਗ ਵਾਜ਼ ਵੋਟ ਮੈਟਰਡ ਟੂ ਮੀ, ਨੋਟ ਹਾਓ ਆਈ ਲੁਕਡ। ਐਂਡ ਆਮ ਸ਼ੋਰ ਕਿ ਅੱਗੇ ਵੀ ਜਦੋਂ ਵੀ ਕੰਮ ਕਰੂੰਗੇ ਤਾਂ ਪੀਪਲ ਵਿਲ ਨੋ ਮੀ ਫਰੋਮ ਮਾਈ ਐਕਟਿੰਗ, ਹੈ ਨਾ? ਇੱਦਾਂ ਤਾਂ ਉਹ ਮੈਨੂੰ ਹੁਣੇ ਵੀ ਦੇਖ ਸਕਦੇ ਆ, ਪ੍ਰਮੋਸ਼ਨਸ 'ਚ ਦੇਖ ਸਕਦੇ ਆ, ਨੋਰਮਲੀ ਦੇਖ ਸਕਦੇ ਆ, ਅਤੇ ਹਾਂ ਦੈਟਸ ਵਾਈ ਆਈ ਥਿੰਕ ਆਈ ਡੋਂਟ ਥਿੰਕ ਇਟ ਮੈਟਰਸ। ਸੋ ਜੋ ਇਸ ਫਿਲਮ ਦੇ ਡਾਇਰੈਕਟਰ ਨੇ ਉਹ ਤੁਹਾਡੇ ਬ੍ਰਦਰ ਵੀ, ਠੀਕ ਹੈ? ਸੋ ਤੁਸੀਂ ਉਹਨਾਂ ਦੇ ਬ੍ਰਦਰ ਹੋ, ਇਸ ਲਈ ਉਹਨਾਂ ਨੇ ਚੂਜ਼ ਕੀਤਾ ਕਿ ਪਹਿਲਾਂ ਉਹਨਾਂ ਨੇ ਤੁਹਾਡੇ ਟੈਲੈਂਟ ਵੇਖਿਆ ਸੀ ਤਾਂ ਉਹਨਾਂ ਨੇ ਤੁਹਾਨੂੰ ਇਸ ਫਿਲਮ ਲਈ ਚੂਜ਼ ਕੀਤਾ? ਮੈਂ ਪਹਿਲਾਂ ਇਹ ਗੱਲ ਕਲੀਅਰ ਕਰੂੰਗਾ, ਐਕਚੁਅਲੀ ਮੈਂ ਪਹਿਲਾਂ ਵੀ ਉਹਨਾਂ ਨਾਲ ਇੱਕ ਵੈਬ ਸੀਰੀਜ਼ ਕਰ ਚੁੱਕਿਆ ਸੀ, ਈਵਨ ਮੈਨੂੰ ਪਤਾ ਮੈਂ ਇੱਕ 302 ਕਰਕੇ ਵੈਬ ਸੀਰੀਜ਼ ਕੀਤੀ ਸੀ, ਜਿਨ੍ਹਾਂ 'ਚ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਤੂੰ ਇਸ ਵਿੱਚ ਅੱਛਾ ਪਰਫੋਰਮ ਕਰੇਗਾ ਤਾਂ ਸ਼ਾਇਦ ਤੈਨੂੰ ਨੈਕਸਟ ਬ੍ਰੇਕ ਉਦੋਂ ਦੇਵਾਂਗਾ। ਅਤੇ ਲੱਕੀਲੀ ਪਤਾ ਨਹੀਂ, ਚਲੋ ਮੈਂ ਵਧੀਆ ਕੀਤਾ ਆਪਣੇ ਵੱਲੋਂ ਤਾਂ ਉਹਨਾਂ ਨੂੰ ਬਹੁਤ ਪਸੰਦ ਆਇਆ, ਤਾਂ ਮੈਨੂੰ ਉਸੇ ਦਿਨ ਉਹਨਾਂ ਨੇ ਕਿਹਾ ਸੀ ਕਿ ਮੈਂ ਤੇਰੇ ਨਾਲ ਇੱਕ ਫਿਲਮ ਜ਼ਰੂਰ ਕਰੂੰਗਾ, ਉਹ ਕਦ ਕਰੂੰਗਾ ਮੈਨੂੰ ਇਹ ਨਹੀਂ ਪਤਾ ਪਰ ਕਰੂੰਗਾ ਜ਼ਰੂਰ। ਬਟ ਚਲੋ ਠੀਕ ਹੈ, ਮੈਨੂੰ ਬਹੁਤ ਜਲਦੀ ਉਹਨਾਂ ਨੇ ਚਾਂਸ ਦੇ ਤਾ,
पर मैं एक गल होर भी कहना चाहता ब्रदर है तो यह मतलब ये नहीं कि चीज़ा बहुत ईजीली मिल गई है ना अपने प्रोडक्शन ज अपने ब्रदर थले काम करना मैंने सब तो औखा लगे तो रीज़ क्योंकि थोड़े को दो जिम्मेदारी है मतलब ब्रदर होने के नाते डांटता भी है थोड़ा प्यार भी करता शायद बाकी आर्टिस्ट ना तो ज्यादा डांटता वो तो वो मैं डांट खाधी भी है बिलकुल भी नहीं बिलकुल भी नहीं किया इवन मैं लड़ता सी मैं क्या बाकी आर्टिस्ट ना उन्होंने प्यार नाल बोलते मैनु तो मेरे तो औखा होना है ना तो हुंदा ही है सही गल है ते कदे कदे ओदा फील हुंदा सी कि यार मैं भरा होके गलती तो नहीं कर मैं झिड़की जाते पे नहीं नहीं पर ऐदा कुछ नहीं है पर क्योंकि मैं उन्होंने बचपन तो ही जानता है ना मैं ये भी पता है कि चलो जो मतलब अगर कहते भी डांटते भी मेरे चंगे वास्ते ही कहने है ना अगर मेरी गलती है तो ओबियसली उदो ही बोलते हैं इन्ना बिना गलती तो नहीं बोलेंगे पर चलो जिन्ना होया वधिया होया जी जिवें कि तुसी इस फिल्म दे विच स्ट्रगलिंग एक्टर दा किरदार निभा रहे हो एंड जिवें तुसी कहा कि तुसी रिलेट भी कर पाओगे क्योंकि तुसी खुद एक स्ट्रगलिंग एक्ट्रेस रहे हो एंड आई थिंक कि एक स्ट्रगल तो चलता ही रहता है बिल्कुल जर्नी दे नाल स्ट्रगल चलता ही रहेगा बट स्टिल जिहड़ा तुहाडा अज तक दा स्ट्रगल रहा है उस दे विचों कोई इहो जी चीज है मैं गल यही करांगी कि जो तुहाडे नाल हमेशा रहेगी एज अ सेंस कि इस चीज मेरे नाल हुई सी जो मैं कदे भूल नहीं सकती जो तो मेरा स्ट्रगल पीरियड चल रहा सी जो मैं कदे भूल नहीं सकती जो हो चुकी है जो तुसी जानदे भी हैगे हो ना कास्टिंग डायरेक्टर या डायरेक्टर दे वालों उन्हां दे वालों भी बहुत सारीयां चीज जिवें इस करैक्टर नूं लैके ही जदों इस फिल्म दे ट्रेलर दे विच ही डायरेक्टर दे वालों या फिर कास्टिंग डायरेक्टर दे वालों कहा गया सी कि तेरा रंग इहो जिहा हैगा है फिल्म दे विच असीं नहीं लै सकदे सो इन रियल लाइफ तुहानूं किस तरह दे लोक टकरे हैगे ने किस तरह दा तुहाडा स्ट्रगल रिहा है जो तुसीं इहो जिही चीज वी होवे जो तुसीं कदे भुल भी नहीं सकदे टू बी ऑनेस्ट मतलब रियल लाइफ च इहोजा नहीं होया मेरे नाल कि किसी ने इदा कहा हो कि नहीं इदा दा तां मेरा एक्सपीरियंस नहीं रहा इट्स आइदर यू आर सिलेक्टेड और दे जस्ट डोंट टेल यू दैट यू आर नॉट है ना ते हाँ मतलब कास्टिंग डायरेक्टर या डायरेक्टर दे मामले च तां नहीं होया बट कई बार मतलब साढ़े आस पास दे लोग हुंदे आ कई बार रिलेटिव्स हुंदे आ ना उहनां दीआं कई चीज़ां है ना सानूं ज़्यादा अफेक्ट कर दिया है जो असी एज यू नो वी डोंट हैव एनी बैकग्राउंड इन एक्टिंग तो असी स्टेप इन कर दें इस करियर दे विच ते कई चीज़ा मतलब मेरे कई रिलेटिव्स ने हो जिया चीज़ा कही जो मैनू बहुत अफेक्ट कीतियां सी उस टाइम ते बट नाउ आई नो दैट आई एम डूइंग गुड एंड आई कैन आई इट जस्ट डजेंट मैटर ते हाँ मतलब उस मामले च नहीं होया कि मेरे मेरे काम दे मामले च आई हैव बिन वेरी जिदा कह सकते हैं कि आई एम क्लीयर कि मैनू ये चीज़ एक्सैप्टड है ये चीज़ नहीं एक्सैप्टड इफ आई डोंट लाइक एनीथिंग आई जस्ट टेल दैम ऑन द फेस कि दिस इज़ नॉट एक्सैप्टेबल तो वो चीज़ नहीं हुई इदा तो नहीं है महराज जिवें कि हुण मैं तुहाडी प्रोफाइल भी वेखी ते मैं तुहानूं पहलां ऑफ द कैमरा ताही पुछ रही सी क्योंकि तुहाडे डायरेक्टर भी लिखिया होया आ रहा सीगा दैट्स व्हाई आई वाज आस्किंग कि तुसीं डायरेक्टर भी हैगे हो नहीं मैं दसदा मैं एक्चुअली ब्रदर नाल शुरू तो ही रहा उन्होंने असिस्ट करता रहा मैं काफ़ी कुछ उन्होंने सीखे है इन बिटवीन मैं की करता सी जिद्दां ब्रदरस पहला म्यूजिक वीडियो बनाते सी सारे तो वो पिछले 5-6 सालों तो फिल्मों च है तो जो कहते डायरेक्शन करते तो अंदर वो डायरेक्शन का कीड़ा भी होंगे थोड़ा बहुत है ना ईवन डायरेक्टर होने के नाते सीखते भी बहुत कुछ है मतलब अपने तो भी तो सामने वाले आर्टिस्ट तो भी बहुत कुछ सीखते हैं तो मैं कुछ अच्छे लैवल के म्यूजिक वीडियो एज ए डायरैक्टर किए हैं जो मैं करता भी है तो करके शायद मैं डायरैक्टर लिखा हुआ है आप इतने सुख की गल करिए है ना जो आप डिस्क्रिप्शन से जाने तो उसे लिखा हुआ है गेस्ट अपीयरेंस जी तो उन्होंने गेस्ट अपीयरेंस ही हैगी ये देखो है तो गेस्ट अपीयरेंस है लेकिन शायद वो ज़्यादा ही है ना वो फिल्म का कहते नहीं एक इदा का पार्ट है कि काफ़ी सारा रोल है उन्होंने इदा नहीं कि बिल्कुल आए गए या कुछ है तो इंपोर्टेंट कहते ना जिमें इंपोर्टेंट रोल है तो बेसिकली जिमें कई बार असी कोई थिएटर च प्ले देखते हैं कोई यहोजा मतलब कैरेक्टर में आंदा छोटा जहा हों बट सारे याद रहा है इट्स लाइक दैट इट्स अ वेरी इंपोर्टेंट कैरेक्टर एंड इट मेक्स अ लॉट ऑफ सेंस एज यू वॉच द मूवी तो हाँ
ਸੋ ਇਸ ਕਰੈਕਟਰ ਦੇ ਲਈ ਸੁਖ ਨੂੰ ਹੀ ਕਿਉਂ ਚੂਜ਼ ਕੀਤਾ, ਕਿਉਂਕਿ ਉਹ ਆਲਰੇਡੀ ਇਸਟੈਬਲਿਸ਼ਡ ਐਜ਼ ਅ ਸਿੰਗਰ ਕਹਿ ਸਕਦੇ ਹਾਂ ਕਿ ਇਸ ਲਈ ਸੀਗੇ ਜਾਂ ਫਿਰ ਕੋਈ ਹੋਰ ਰੀਜ਼ਨ ਸੀਗਾ ਸੁਖ ਨੂੰ ਚੂਜ਼ ਕਰਨ ਦਾ? ਨਹੀਂ, ਇੱਦਾਂ ਕੁਛ ਨਹੀਂ ਕਿ ਇਸਟੈਬਲਿਸ਼ ਸੀ, ਕਿਉਂਕਿ ਹੋਰ ਵੀ ਬਹੁਤ ਸਾਰੇ ਸਿੰਗਰ ਹੈ। ਉਹਦਾ ਰੀਜ਼ਨ ਇੱਕ ਇਹ ਵੀ ਸੀ ਕਿ ਜਿੱਦਾਂ ਬ੍ਰਦਰ ਇੱਕ ਸੁਖ ਨਾਲ ਪਹਿਲਾਂ ਮੂਵੀ ਕਰ ਵੀ ਚੁੱਕੇ ਹੈ, ਹੈ ਨਾ, ਅਤੇ ਉਹਨਾਂ ਨੂੰ ਪਤਾ ਸੀ ਮੋਸਟਲੀ ਕੀ ਹੁੰਦਾ ਅਗਰ ਆਪਾਂ ਕੁਛ ਸਟੈਬਲਿਸ਼ ਨੂੰ ਲੈਂਦੇ ਵੀ ਉਹ ਸੈੱਟ 'ਤੇ ਕਈ ਵਾਰ ਤੰਗ ਕਰਦੇ ਜਾਂ ਕਈ ਵਾਰ ਕਹਿੰਦੇ ਕਿ ਨਹੀਂ ਯਾਰ ਨਿਊ ਸਟਾਰ ਕਾਸਟ ਹੈ ਮੈਂ ਨਹੀਂ ਕਰਨਾ ਜਾਂ ਕੁਛ ਹੈ। ਅਤੇ ਸੁੱਖ ਦਾ ਇੱਕ ਮਤਲਬ ਮੈਂ ਇੱਥੇ ਮਤਲਬ ਬੜੀ ਚੰਗੀ ਜਿਹੀ ਨੇਚਰ ਹੈ ਬੰਦੇ ਦੀ ਉਹਦੀ, ਹੈ ਨਾ, ਜਦੋਂ ਤਾਜ ਭਾਅ ਜੀ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਪੇਂਟਰ ਮੂਵੀ ਬਣਾ ਰਹੇ ਹਾਂ ਕਿ ਤੁਹਾਡਾ ਇਹ ਕੈਰੈਕਟਰ ਹੈ ਅਤੇ ਇਹ ਰੋਲ ਹੈ ਤੁਹਾਡਾ, ਅਤੇ ਉਸ ਇਨਸਾਨ ਨੇ ਇੱਕ ਵਾਰ ਨਾ ਨਹੀਂ ਕੀਤੀ, ਉਹਨੂੰ ਈਵਨ ਬਹੁਤ ਪਸੰਦ ਆਇਆ ਉਹ ਕੈਰੈਕਟਰ। ਅਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਉਹ ਰੀਅਲ ਲਾਈਫ 'ਚ ਉੱਦਾਂ ਦਾ ਹੀ ਬੰਦਾ ਜਿੱਦਾਂ ਦਾ ਉਹਦਾ ਕੈਰੈਕਟਰ ਹੈ, ਕਿਉਂਕਿ ਇਹਦੇ 'ਚ ਵੀ ਉਹਦੀ ਪਰਸਨੈਲਿਟੀ ਉੱਦਾਂ ਦੀ, ਉਹਦੀਆਂ ਗੱਲਾਂ ਉੱਦਾਂ ਦੀਆਂ ਜਾਂ ਕੁਛ ਇੱਕ ਸੁਪਰ ਸਟਾਰ ਦੀ ਮਤਲਬ ਲਾਈਕ ਫੀਲ ਹੈ। ਅਤੇ ਦੇਖਿਆ ਜਾਵੇ ਉਹ ਤਿੰਨਾਂ 'ਚੋਂ ਰਹਿੰਦਾ ਵੀ ਉੱਦਾਂ ਹੀ ਹੈ, ਹੈ ਨਾ, ਕਿ ਮਤਲਬ ਥੋੜ੍ਹਾ ਜਿਹਾ ਬੋਲਦਾ ਜ਼ਿਆਦਾ, ਇੰਟਰਟੇਨ ਜ਼ਿਆਦਾ ਕਰਦਾ ਉਹ, ਅਤੇ ਮਜ਼ਾ ਆਉਂਦਾ ਉਹਦੇ ਨਾਲ ਕੰਮ ਕਰਕੇ, ਸਾਨੂੰ ਮਜ਼ਾ ਆਇਆ ਵੀ ਹੈ। ਸ਼ਾਇਦ ਇੱਕ ਉਹੀ ਰੀਜ਼ਨ ਸੀ ਕਿ ਉਹਨਾਂ ਨੂੰ ਲੈਣ ਦਾ। ਜੀ, ਤੇ ਇਹ ਪੂਰੀ ਫਿਲਮ ਕਿੰਨੀ ਦੇਰ ਤੱਕ ਸ਼ੂਟ ਹੋਈ ਹੈ, ਮਤਲਬ ਕਿੰਨੇ ਦਿਨ ਕਿੰਨੇ ਮਹੀਨੇ ਲੱਗੇ? ਇਹ 20 ਤੋਂ 25 ਦਿਨ ਦੇ ਵਿੱਚ ਸ਼ੂਟ ਹੋ ਗਈ ਸੀ। 20 ਤੋਂ 25 ਦਿਨ ਦੇ ਵਿੱਚ ਸ਼ੂਟ ਹੋ ਗਈ ਸੀ। ਸੋ ਮੈਂ ਇੱਥੇ ਜ਼ਰੂਰ ਥੋੜਾ ਜਾਣਨਾ ਚਾਹੂੰਗੀ ਕਿ ਸੈੱਟ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਸੀਗਾ, ਕਿ ਸੀਰੀਅਸ ਜਿਹੇ ਹੋ ਕੇ ਬਹਿ ਜਾਂਦੇ ਸੀ ਕਿ ਕੁਝ ਤੁਸੀਂ ਇੱਕ ਦੂਜੇ ਦੇ ਨਾਲ ਗੱਲਾਂ ਕਰਕੇ ਥੋੜੇ ਮਜ਼ਾਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਉਧਰ? ਮੈਂ ਦੇਖੋ ਮੈਂ ਖੁਦ ਬਹੁਤ ਘੱਟ ਬੋਲਦਾ, ਇਵਨ ਅਕ੍ਰਿਤੀ ਬਹੁਤ ਘੱਟ ਬੋਲਦੀ ਹੈ, ਪਰ ਜਿੱਦਾਂ ਤੁਸੀਂ ਕਹਿ ਰਹੇ ਜਿਸ ਦਿਨ ਸੁੱਖ ਆਉਂਦਾ ਸੀ ਸੈੱਟ 'ਤੇ ਤਾਂ ਮਾਹੌਲ ਹੀ ਕੁਛ ਅਲੱਗ ਹੁੰਦਾ ਸੀ, ਹੈ ਨਾ, ਤਾਂ ਉਹ ਚੀਜ਼ਾਂ ਮਤਲਬ ਉਹ ਚੱਲਦਾ ਰਹਿੰਦਾ ਸੀ ਕਿ ਕਦੇ ਬਸ ਚੁੱਪ ਚਾਪ ਕੰਮ ਕਰ ਰਹੇ ਹਾਂ, ਕਿਸੇ ਦਿਨ ਇੱਦਾਂ ਦਾ ਮਾਹੌਲ ਹੁੰਦਾ ਕਿ ਇੱਦਾਂ ਲੱਗਦਾ ਜਿੱਦਾਂ ਪਤਾ ਨਹੀਂ ਜਨਮਾਂ ਜਨਮਾਂ ਦੇ ਮਿਲੇ ਹੈ ਅੱਜ, ਹੈ ਨਾ, ਜਿੰਨੀਆਂ ਮਰਜ਼ੀ ਗੱਪਾਂ ਮਾਰ ਲਓ, ਡਿਪੈਂਡਸ ਡੇ ਟੂ ਡੇ ਡਿਪੈਂਡ ਕਰਦਾ। ਜਿਵੇਂ ਕਈ ਵਾਰ ਜਦੋਂ ਮੈਨੂੰ ਮਤਲਬ ਕਈ ਵਾਰ ਸੀਨ ਦੇ ਮਤਲਬ ਡਰ ਰਹਿੰਦਾ ਹੈ ਕਿ ਅੱਜ ਸਕ੍ਰਿਪਟ ਦਾ ਬਹੁਤ ਡਿਫੀਕਲਟ ਸੀਨ ਹੈ, ਉਸ ਦਿਨ ਤਾਂ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਸੀ, ਮੈਂ ਆਪਣੀ ਟੈਨਸ਼ਨ 'ਚ ਘੁੰਮਦੀ ਰਹਿੰਦੀ ਸੀ ਔਰ ਬਸ। ਹਾਂ, ਅਤੇ ਵੈਸੇ ਤਾਂ ਕੁੜੀਆਂ ਬਹੁਤ ਬੋਲਦੀਆਂ ਨੇ, ਤੁਸੀਂ ਕਿਉਂ ਨਹੀਂ ਬੋਲਦੇ ਕਿ ਕੋਈ ਚੱਕਰ ਹੈ ਕਿ ਮੈਂ ਨਹੀਂ ਬੋਲਣਾ? ਨਹੀਂ, ਇਹ ਮੇਰਾ ਨੇਚਰ ਸ਼ੁਰੂ ਤੋਂ ਹੀ ਹੈ। ਅੱਛਾ, ਇੰਟਰੋਵਰਟ ਹੋ ਤੁਸੀਂ? ਇੰਟਰੋਵਰਟ ਹਾਂ ਮੈਂ ਬਹੁਤ ਵੱਡੀ, ਅਤੇ ਹਾਂ ਹੁਣੇ ਵੀ ਮੈਂ ਇਸ ਇੰਟਰਵਿਊ ਤੋਂ ਪਹਿਲਾਂ ਵੀ ਬਹੁਤ ਨਰਵਸ ਸੀਗੀ, ਬਟ ਨਾਓ ਆਮ ਸਟਿਲ ਯੂ ਨੋ ਆਮ ਬੈਟਰ। ਅਤੇ ਹਾਂ, ਮਤਲਬ ਨੇਚਰ ਹੈ ਸ਼ੁਰੂ ਤੋਂ ਹੀ, ਮੇਰੇ ਮੰਮਾ ਵੀ ਇਹੋ ਜਿਹੇ, ਅਤੇ ਆਈ ਥਿੰਕ ਹਾਂ ਮਤਲਬ ਇੱਦਾਂ, ਮਤਲਬ ਹਰ ਕਿਸੇ ਦੀ ਅਲੱਗ ਅਲੱਗ ਨੇਚਰ ਹੁੰਦੀ ਹੈ, ਮੇਰੀ ਇੰਟਰੋਵਰਟ ਨੇਚਰ ਐਂਡ ਦੈਟਸ ਇਟ, ਦੈਟਸ ਦੀ ਐਕਸਪਲੇਨੇਸ਼ਨ। ਤੁਸੀਂ ਦੋਵੇਂ ਇੰਟਰੋਵਰਟ ਹੋ ਮੈਨੂੰ ਲੱਗਦਾ, ਦੇਖੋ ਖੁਸ਼ ਇਸ ਲਈ ਹਾਂ ਕਿਉਂਕਿ ਮੈਂ ਆਪਣੇ ਆਪ ਦੇ ਨਾਲ ਟਾਈਮ ਸਪੈਂਡ ਕਰਨਾ ਮੈਨੂੰ ਅੱਛਾ ਲੱਗਦਾ। ਮੈਂ ਆਪਣੇ ਨਾਲ ਜ਼ਿਆਦਾ ਕਨੈਕਟਡ ਫੀਲ ਕਰਦੀ ਹਾਂ ਵੈਨ ਆਈ ਐਮ ਅਲੋਨ, ਤੁਸੀਂ ਸਪਿਰਿਚੁਅਲੀ ਕਹਿ ਦਿਓ ਜਾਂ ਜਿਵੇਂ ਵੀ ਕਹਿ ਦਿਓ, ਹੈ ਨਾ, ਆਈ ਲਾਈਕ ਟੂ ਡੂ ਥਿੰਗਸ ਔਨ ਮਾਈ ਓਨ। ਆਈ ਹੈਵ ਟ੍ਰਾਈਡ ਮਾਈ ਹੈਂਡਸ ਔਨ ਯੋਗਾ ਟੂ ਗੈਟ ਟੂ ਨੋ ਮਾਈ ਸੈਲਫ ਐਂਡ ਆਮ ਸਟਿਲ ਡੂਇੰਗ ਇਟ, ਐਂਡ ਮਤਲਬ ਸੋ ਆਈ ਐਮ ਮੋਰ ਲਾਈਕ ਦੈਟ, ਮਤਲਬ ਕਿ ਮੂਵੀ ਵੀ ਆਈ ਇੰਜੋਏ ਵਾਚਿੰਗ ਬਾਏ ਮਾਈ ਸੈਲਫ। ਹਾਂ, ਜਿਵੇਂ ਕਈ ਲੋਕ ਕਹਿੰਦੇ ਨਾ ਕਿ ਫਰੈਂਡਸ ਦੇ ਨਾਲ ਦੇਖ ਕੇ ਆਓ, ਨਹੀਂ ਨਹੀਂ ਥੀਏਟਰ ਨਹੀਂ, ਥੀਏਟਰ ਤਾਂ ਵੈਸੇ ਮੈਂ ਜਾ ਵੀ ਸਕਦੀ ਹਾਂ, ਬਟ ਜਿਵੇਂ ਇਕੱਲੇ ਬੈਠ ਕੇ ਮੂਵੀ ਦੇਖਣੀ ਤਾਂ ਕਿ ਮੇਰਾ ਪੂਰਾ ਧਿਆਨ ਲੱਗੇ, ਆਈ ਐਮ ਜਸਟ ਲਾਈਕ ਦੈਟ, ਪਤਾ ਨਹੀਂ। ਤੁਸੀਂ ਜ਼ਰੂਰ ਥੀਏਟਰ ਇਕੱਲੇ ਜਾਂਦੇ ਹੋਵੋਗੇ? ਨਹੀਂ, ਕੁਛ ਗਿਣੇ ਚੁਣੇ ਦੋਸਤ ਹੁੰਦੇ ਆ ਨਾ, ਇੱਕ ਦੋ ਉਹਨਾਂ ਦੇ ਨਾਲ, ਮਤਲਬ ਉਹਨਾਂ ਦੇ ਨਾਲ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਮੈਂ ਖੁੱਲ੍ਹੀ ਹਾਂ, ਮਤਲਬ ਸਿਰਫ ਬਾਹਰ ਦੇ ਜਿਵੇਂ ਅਸੀਂ ਕਿਸੇ ਨੂੰ ਨਵੇਂ ਮਤਲਬ ਲੋਕਾਂ ਨੂੰ ਮਿਲਦੇ ਹਾਂ, ਉਦੋਂ ਮੈਂ ਥੋੜ੍ਹੇ ਟਾਈਮ ਲਈ ਇੰਟਰੋਵਰਟ ਰਹਿੰਦੀ ਹਾਂ, ਆਪਾਂ ਵੀ ਦੋ ਤਿੰਨ ਵਾਰ ਮਿਲਾਂਗੇ, ਆਈ ਵਿਲ ਬੀ ਮੋਰ ਐਂਡ ਮੋਰ ਓਪਨ, ਵੋਕਲ, ਓਪਨ, ਵਟਐਵਰ। ਆਈ ਹੋਪ ਸੋ। ਐਂਡ ਇੰਟਰੋਵਰਟ ਦੀ ਤਾਂ ਗੱਲ ਹੋ ਗਈ ਨਾ, ਉਹਦਾ ਆਪੋਜ਼ਿਟ ਹੈ ਐਕਸਟਰੋਵਰਟ, ਤਾਂ ਮੈਨੂੰ ਦੱਸੋ ਕਿ ਵੈਲੀ ਨਾ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਵੀ ਇੰਡਸਟਰੀ ਲਾ ਲਓ, ਮੀਡੀਆ ਇੰਡਸਟਰੀ ਲਾ ਲਓ, ਪੰਜਾਬੀ ਇੰਡਸਟਰੀ ਲਾ ਲਓ, ਬਾਲੀਵੁੱਡ ਲਾ ਲਓ, ਸੋ ਇੱਕ ਚੀਜ਼ ਹੁੰਦੀ ਹੈ ਕਿ ਐਕਸਟਰੋਵਰਟ ਹੋਣਾ ਨਾ ਇੱਕ ਉਹਨਾਂ ਨੇ ਪਲੱਸ ਪੁਆਇੰਟ ਬਣਾ ਲਿਆ ਹੋਇਆ ਕਿ ਚਲੋ ਬਹੁਤ ਜਲਦੀ ਨਾ ਘੁਲ ਮਿਲ ਜਾਂਦੇ ਨੇ। ਇਵਨ ਆਈ ਐਮ ਲਾਈਕ ਦਿਸ, ਮੈਂ ਤਾਂ ਹੀ ਗੱਲ ਕਰ ਰਹੀ ਹਾਂ ਕਿ ਨਹੀਂ ਗੱਲ ਹੁੰਦੀ ਹੈ, ਜੋ ਮਰਜ਼ੀ ਕਰ ਲਓ। ਸੋ ਤੁਹਾਨੂੰ ਲੱਗਦਾ ਕਿ ਇਹ ਵਾਲੀ ਜਿਹੜੀ ਇੰਟਰੋਵਰਟ ਹੋਣਾ ਇਸ ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਥੋੜਾ ਮਾਈਨਸ ਪੁਆਇੰਟ ਆ ਜਾਂਦਾ ਹੈ ਇੰਟਰੋਵਰਟ ਹੋਣਾ? ਹਾਂ,
ਬਿਲਕੁਲ ਕਈ ਵਾਰ ਮੈਂ ਸੋਚਦੀ ਹਾਂ ਕਿ ਆਕ੍ਰਿਤੀ ਅਗਰ ਤੈਨੂੰ ਗੈਦਰਿੰਗਸ 'ਤੇ ਜਾਣਾ ਪਏ ਸੋਸ਼ਲ ਗੈਦਰਿੰਗਸ 'ਤੇ ਵੋਟ ਆਰ ਯੂ ਗੋਇੰਗ ਟੂ ਟੋਕ ਹੈ ਨਾ ਵੋਟ ਆਰ ਯੂ ਗੋਇੰਗ ਬਟ ਨਹੀਂ ਆਈ ਹੈਵ ਟਰਾਈਡ ਦੈਟ ਮੈਂ ਮਤਲਬ ਸੋਸ਼ਲ ਗੈਦਰਿੰਗਸ 'ਤੇ ਗਈ ਹਾਂ ਸਲੋਲੀ ਬਟ ਆਈ ਗੈਟ ਕੰਫਰਟੇਬਲ ਅਤੇ ਪਰ ਹਾਂ ਆਈ ਹੈਵ ਹੈਡ ਮਾਈ ਥੋਟਸ ਔਨ ਇਟ ਕਿ ਇਹ ਚੀਜ਼ ਚੰਗੀ ਨਹੀਂ ਹੈ ਇੰਨੀ ਵੀ ਕਿ ਹਰ ਵਕਤ ਹੀ ਤੁਸੀਂ ਇਕੱਲੇ ਰਹੋ ਬਟ ਇਟਸ ਲਾਈਕ ਕਿ ਇੱਕ ਵਾਰ ਜੇ ਮੈਂ ਬਾਹਰ ਜਾ ਰਹੀ ਹਾਂ ਹੈ ਨਾ ਕਿਸੇ ਦੇ ਨਾਲ ਸੋਸ਼ਲਾਈਜ਼ ਕਰ ਲਿਆ ਅੱਛੀ ਤਰ੍ਹਾਂ ਦੈਨ ਆਈ ਨੀਡ ਐਟਲੀਸਟ ਵਨ ਡੇ ਅਲੋਨ ਮਤਲਬ ਕਿ ਹੁਣ ਮੈਂ ਮਤਲਬ ਆਪਣੇ ਆਪ ਨੂੰ ਉਹ ਕਰ ਲਵਾਂ ਡੀ ਕਲਟਰ ਵਾਟ ਯੂ ਸੇ ਡੀਟੌਕਸ ਲਾਈਕ ਦੈਟ ਨਹੀਂ ਬਟ ਮੈਂ ਤਾਂ ਇਹ ਕਹਿੰਦਾ ਇਹ ਸਿਰਫ ਲੋਕਾਂ ਦੀ ਥਿੰਕਿੰਗ ਹੈ ਈਵਨ ਅਗਰ ਕੋਈ ਜ਼ਿਆਦਾ ਵੀ ਬੋਲਦਾ ਨਾ ਤਾਂ ਲੋਕ ਉਸ ਤੋਂ ਵੀ ਭੱਜਦੇ ਆ ਈਵਨ ਸਾਡੇ ਗਰੁੱਪ 'ਚ ਇੱਕ ਬੰਦਾ ਜਦੋਂ ਬੈਠ ਜਾਂਦਾ ਨਾ ਉਹਨੇ ਬੋਲਣਾ ਫਿਰ ਲੋਕ ਕਹਿੰਦੇ ਕਿੱਦਾਂ ਇਸ ਬੰਦੇ ਤੋਂ ਖਹਿੜਾ ਛੁਡਵਾਏ ਬੰਦਾ ਕਿੱਦਾਂ ਇਹ ਤੋਂ ਨਿਕਲ ਕੇ ਜਾਏ ਉਹ ਖੈਰ ਆਪਣੀ ਆਪਣੀ ਸੋਚ ਹੈ ਉਹ ਪਲੱਸ ਵੀ ਹੈ ਨੈਗੇਟਿਵ ਵੀ ਉਹ ਦੋਨੋਂ ਕੇਸਿਸ 'ਚ ਉਹ ਚੀਜ਼ ਫਿਰ ਤੁਹਾਨੂੰ ਦੋਵਾਂ ਨੂੰ ਗੌਸਿਪਸ ਦੇ ਵਿੱਚ ਵੀ ਇੰਟਰਸਟ ਨਹੀਂ ਹੋਣਾ ਅਸੀਂ ਨੋਟਿਸ ਜ਼ਰੂਰ ਕੀਤਾ ਸੀ ਉਹ ਤਿੰਨ ਕੁੜੀਆਂ ਇਕੱਠੀਆਂ ਬੈਠੀਆਂ ਜਿੱਦਾਂ ਇਹ ਸੀ ਈਸ਼ਾ ਕਰਕੇ ਹੈ ਗੁਪਤਾ ਤੇ ਇੱਕ ਹੋਰ ਕੁੜੀ ਸੀ ਇਹਨਾਂ ਦੇ ਜਿਹੜੇ ਫਰੈਂਡ ਬਣੇ ਹੋਏ ਆ ਤੇ ਸਾਡੇ ਡਾਇਰੈਕਟਰ ਭਾਅ ਜੀ ਵੀ ਕਹਿਣ ਤੇ ਕਹਿੰਦੇ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਬੈਠੇ ਹੋਏ ਦੇਖੋ ਉਹਨਾਂ ਦੇ ਕਿਤੇ ਧਿਆਨ ਨਹੀਂ ਕਿੰਨੇ ਦਿਨਾਂ ਦਾ ਸੀਗਾ ਸਾਡਾ ਮਤਲਬ ਸੈਟ ਉਹ ਸ਼ੈਡਿਊਲ ਹੈ ਨਾ ਤੇ ਫਿਰ ਹੌਲੀ ਹੌਲੀ ਮਤਲਬ ਆਪਾਂ ਜਾਣਨ ਲੱਗ ਜਾਂਦੇ ਦੈਨ ਆਈ ਓਪਨ ਅਪ ਐਂਡ ਦੈਨ I am unstoppable sometimes. ਨਹੀਂ ਉਹ ਕੁੜੀਆਂ ਦੇ ਰਾਜ਼ ਹੀ ਰਹਿੰਦੇ ਆ ਹਮੇਸ਼ਾ ਉਹ ਕਦੇ ਨਹੀਂ ਦੱਸਦੀ ਉਹ ਕਢਵਾਣੇ ਆਣੇ ਚਾਹੀਦੇ ਕਦੇ ਕਦੇ ਦੱਸ ਵੀ ਦੇ ਮੈਨੂੰ ਯਾਦ ਹੀ ਨਹੀਂ ਕੀ ਗੱਲਾਂ ਕਰਦੇ ਸੀ ਇਦਾਂ ਹੀ ਬਸ ਮਤਲਬ ਕਿਸੇ ਦੀ ਤਾਂ ਚੁਗਲੀਆਂ ਕਰਦੇ ਹੋਣੀ ਕਿਸੇ ਦੀ ਤਾਂ ਹੋਣੀ ਆ ਸੈੱਟ ਤੇ ਕੋਈ ਪਸੰਦ ਨਹੀਂ ਆਇਆ ਹੋਣਾ ਯਾਰ ਨਹੀਂ ਮਤਲਬ ਦੇਖੋ ਮੇਰੀ ਵੈਸੇ ਇੱਦਾਂ ਦੀ ਨੇਚਰ ਹੈ ਹੀ ਨਹੀਂ ਕਿ ਚੁਗਲੀਆਂ ਕਰਨੀਆਂ ਜਾਂ ਕਿਸੇ ਨੂੰ ਮਾੜਾ ਚੰਗਾ ਕਰ ਕੋਈ ਹੋ ਰਿਹਾ ਤੁਸੀਂ ਸੁਣ ਰਹੇ ਹੋਣੇ ਆ ਨਾ ਮੈਂ ਜਾਣਨਾ ਚਾਹੁੰਦੇ ਕਿ ਸੈੱਟ ਤੇ ਗੱਲ ਹੋ ਕੀ ਰਹੀ ਸੀ ਜ਼ਰਾ ਸਾਡੇ ਸ਼ੂਟ ਨੂੰ 1.5 ਸਾਲ ਹੋ ਗਿਆ ਮੈਨੂੰ ਨਹੀਂ ਯਾਦ ਤੁਹਾਡਾ ਲੋਕਡਾਊਨ ਪੀਰੀਅਡ ਦੋਵਾਂ ਦਾ ਕਿਸ ਤਰ੍ਹਾਂ ਦਾ ਸੀਗਾ ਕਿੰਨਾ ਆਪਣੇ ਉੱਤੇ ਕੰਮ ਕੀਤਾ ਮੈਨੂੰ ਲੱਗਦਾ ਕਿ ਕੱਲਾ ਤਾਂ ਉਦੋਂ ਰਹਿਣ ਦਾ ਬਹੁਤ ਜ਼ਿਆਦਾ ਮੌਕਾ ਵੀ ਮਿਲਿਆ ਹੋਣਾ ਸੋ ਲੋਕਡਾਊਨ ਪੀਰੀਅਡ ਕਿਸ ਤਰ੍ਹਾਂ ਦਾ ਸੀਗਾ ਮੇਰੇ ਲਈ ਤਾਂ ਜ਼ਿਆਦਾ ਮੁਸ਼ਕਿਲ ਨਹੀਂ ਸੀਗਾ ਕਿਉਂਕਿ ਹਾਂ ਮਤਲਬ ਉਸ ਟਾਈਮ 'ਤੇ ਆਈ ਵਾਜ਼ ਇਨ ਕਾਲਜ ਅਤੇ ਮੇਰਾ 1 ਸਾਲ ਬਰਬਾਦ ਹੋ ਗਿਆ ਮੈਂ ਕਾਲਜ 2 ਹੀ ਸਾਲ ਗਈ ਹਾਂ ਮੈਨੂੰ ਲੱਗਦਾ ਕਿ ਉਹ ਸਭ ਤੋਂ ਵਧੀਆ ਗੱਲ ਹੈ ਕਿ ਔਨਲਾਈਨ ਹੀ ਪੇਪਰ ਦੇਣੇ ਪਏ ਸੀਗੇ ਉਹ ਵੀ ਬਟ ਜਿਵੇਂ ਇੱਕ ਕਾਲਜ ਲਾਈਫ ਹੁੰਦੀ ਹੈ ਨਾ ਜਿਵੇਂ ਜਿਵੇਂ ਮਤਲਬ ਈਅਰ ਵੱਧਦਾ ਅਸੀਂ ਜ਼ਿਆਦਾ ਮਜ਼ੇ ਕਰਦੇ ਹਾਂ ਫਸਟ ਈਅਰ ਨਾਲੋਂ ਸੈਕਿੰਡ ਈਅਰ ਜ਼ਿਆਦਾ ਫਨ ਸੀ ਮੈਨੂੰ ਲੱਗਦਾ ਥਰਡ ਈਅਰ ਹੋਰ ਜ਼ਿਆਦਾ ਫਨ ਰਹਿੰਦਾ ਬਟ ਚਲੋ ਜੋ ਮਿਸ ਹੋ ਗਿਆ ਝੂਠ ਹੀ ਬੋਲਦੀ ਹੈ ਪਹਿਲੇ 4-5 ਮਹੀਨੇ ਤਾਂ ਡਰ ਡਰ ਚ ਨਿਕਲ ਗਏ ਫਿਰ ਹੁੰਦਾ ਕਿ ਚੱਲ ਯਾਰ ਹੁਣ ਤਾਂ ਥੋੜਾ ਬਹੁਤ ਬਾਹਰ ਨਿਕਲ ਸਕਦਾ ਬੰਦਾ ਮਿਲ ਲੈਂਦੇ ਆ ਹਨਾ ਬਹੁਤ ਟਾਈਮ ਹੋ ਗਿਆ 6 ਮਹੀਨੇ ਸਾਲ ਤਾਂ ਏਦਾਂ ਨਿਕਲ ਗਿਆ ਫਿਰ ਕਈਆਂ ਨੇ ਆਪਣੇ ਆਪ ਤੇ ਕੰਮ ਕੀਤਾ ਵੈਸੇ ਤਾਂ ਆਈ ਥਿੰਕ ਉਸੇ ਟਾਈਮ ਤੇ ਮੈਂ ਜ਼ਿਆਦਾ ਰਿਅਲਾਈਜ਼ ਕੀਤਾ ਦੈਟ ਆਈ ਵਾਂਟ ਟੂ ਡੂ ਐਕਟਿੰਗ ਸੀਰੀਅਸਲੀ ਅਤੇ ਔਨਲਾਈਨ ਵਰਕਸ਼ਾਪਸ ਦੇਖੀਆਂ ਸੀ ਇੱਕ ਅਟੈਂਡ ਵੀ ਕੀਤੀ ਸੀ ਆਈ ਡੋਂਟ ਇਵਨ ਰਿਮੈਂਬਰ ਕੁਛ ਸੀਗਾ ਆਈ ਅਟੈਂਡਡ ਦੈਟ ਫਿਰ ਜਿਵੇਂ ਜਿਵੇਂ ਬੰਦੇ ਨੂੰ ਰਿਅਲਾਈਜੇਸ਼ਨ ਜ਼ਿਆਦਾ ਹੁੰਦੀ ਹੈ ਉਸ ਟਾਈਮ 'ਤੇ ਔਨਲਾਈਨ ਆਡੀਸ਼ਨਸ 'ਤੇ ਵੀ ਮਤਲਬ ਕਾਫੀ ਓਪਰਚੁਨਿਟੀਜ਼ ਆਈ ਸੀ ਥਰੂ ਵਿੱਚ ਆਈ ਲਰਨਡ ਹੈ ਨਾ ਮਤਲਬ ਆਈ ਥਿੰਕ ਮੈਂ ਜ਼ਿਆਦਾ ਜਾ ਕੇ ਆਡੀਸ਼ਨ ਦੇਣ ਨਾਲੋਂ ਮੈਂ ਔਨਲਾਈਨ ਆਡੀਸ਼ਨਸ ਹੀ ਦਿੱਤੇ ਆ ਮੇ ਬੀ ਬਿਕੋਜ਼ ਆਫ ਕਰੋਨਾ ਜਾਂ ਹੋਈ ਸੋ ਐਨੀ ਲੈਸਨ ਯੂ ਗਾਈਜ਼ ਲਰਨ ਫਰੋਮ ਦਿਸ ਫਿਲਮ ਕਿ ਇਸ ਪੂਰੀ ਫਿਲਮ ਦੀ ਜਰਨੀ ਦੇ ਵਿੱਚ ਜੋ ਇੱਕ ਲੈਸਨ ਜੋ ਤੁਸੀਂ ਲਰਨ ਕੀਤਾ ਜੋ ਤੁਹਾਡੇ ਨਾਲ ਹਮੇਸ਼ਾ ਰਹੇਗਾ ਓਕੇ ਯੂ ਗੋ ਫਸਟ ਪਹਿਲਾਂ ਉਦੋਂ ਤੱਕ ਸੋਚ ਲੈਂਦੇ ਨੇ ਸਹੀ ਗੱਲ ਹੈ ਤੁਹਾਨੂੰ ਅੱਗੇ ਕਰਤਾ ਇਹਨਾਂ ਨੇ ਸਹੀ ਗੱਲ ਹੈ ਉਹਨਾਂ ਨੇ ਸੋਚਿਆ ਮੈਂ ਸੋਚਣ ਦਾ ਮੌਕਾ ਲੈ ਓਕੇ ਤੁਸੀਂ ਬੋਲ ਰਹੇ ਬੋਲੋ ਤੁਸੀਂ ਕੋਈ ਨਹੀਂ ਮੈਂ ਮਤਲਬ ਕਾਫੀ ਲੈਸਨਸ ਲਏ ਆ ਸਭ ਤੋਂ ਪਹਿਲਾਂ ਤਾਂ ਇਹ ਕਿ ਆਪਣੇ ਸੈੱਟ 'ਤੇ ਬਿਨਾਂ ਡਾਇਲੋਗਸ ਲਰਨ ਕਰੇ ਨਾ ਜਾਓ ਇਹ ਚੀਜ਼ ਬਿਕੋਜ਼ ਇਹ ਮੇਰੇ ਨਾਲ
थोड़ा बहुत होया बट फिर स्लोली इट इट वॉज फाइन एक तो यह तो दूसरा आई हैव टू थिंक कैमरा एंगल्स किवें सब चीजा चल दया है ना तो बहुत कुछ सीखा ऐसा था ਤੁਸੀਂ ਤਾਂ ਸੈੱਟ ਤੇ ਵੈਸੇ ਗਏ ਹੋਵੋਗੇ ਜਿਵੇਂ ਆਪਣੇ ਬ੍ਰਦਰ ਦੇ ਨਾਲ ਬਟ ਆਈ ਥਿੰਕ ਤੁਹਾਡਾ ਫਰਸਟ ਐਕਸਪੀਰੀਅੰਸ ਸੈੱਟ ਦੇ ਉੱਤੇ ਜਾਣ ਦਾ ਨਹੀਂ ਉਸ ਤੋਂ ਪਹਿਲਾਂ ਮੈਂ ਮਾਡਲਿੰਗ 'ਚ ਵੀ ਮਤਲਬ ਕਾਫੀ ਕੰਮ ਕੀਤਾ ਬਟ ਹਾਂ ਫਿਲਮ ਸੈੱਟ ਇਜ਼ ਵੈਰੀ ਡਿਫਰੈਂਟ ਫਰੋਮ ਮਾਡਲਿੰਗ ਸੈੱਟ ਅਤੇ ਉਹਦੀ ਅਲੱਗ ਹੀ ਫੀਲ ਹੁੰਦੀ ਹੈ ਅਤੇ ਹਾਂ ਮਤਲਬ ਸਿੱਖਿਆ ਹੋ ਸਭ ਕੁਛ ਅਜੇ ਵੀ ਸੋਚ ਰਹੇ ਹੋ ਮੈਂ ਕੁਝ ਕ੍ਰੀਏਟਿਵ ਜਿਹਾ ਜਵਾਬ ਸੋਚ ਰਿਹਾ ਥੋੜਾ ਬਹੁਤ ਘੁਮਾਉਣ ਦੀ ਕੋਸ਼ਿਸ਼ ਕਰਨੀ ਤੁਹਾਨੂੰ ਸੋਚਣ ਦਾ ਮੌਕਾ ਦੇ ਰਹੀ ਸੀ ਫਿਰ ਤੋਂ ਮੈਂ ਸੋਚਣ ਦਾ ਮੌਕਾ ਦੇਣੀ ਮੈਂ ਇੱਕ ਸਵਾਲ ਪੁੱਛ ਲੈਂਦੀ ਹਾਂ ਨਾ ਤੋਂ ਠੀਕ ਹੈ ਓਕੇ ਸੋ ਟੈਲ ਮੀ ਕਿ ਐਜ਼ ਐਨ ਐਕਟ੍ਰੈਸ ਵਟ ਉਹ ਕਿਹੜੀ ਚੀਜ਼ ਹੈ ਤੁਸੀਂ ਪੰਜਾਬੀ ਇੰਡਸਟਰੀ ਬਾਰੇ ਕੁਝ ਖਾਸ ਪਸੰਦ ਨਹੀਂ ਕਰਦੇ ਤੇ ਮੈਨੂੰ ਡਿਪਲੋਮੈਟਿਕ ਆਨਸਰ ਨਹੀਂ ਚਾਹੀਦਾ ਓਕੇ ਓਨੈਸਟ ਆਨਸਰ ਡੈਬਿਊ ਹੈ ਨਾ ਓਨੈਸਟ ਆਨਸਰ ਚਾਹੀਦਾ ਸਾਨੂੰ ਓਕੇ ਪੰਜਾਬੀ ਇੰਡਸਟਰੀ ਬਾਰੇ ਲਾਈਕ ਨਹੀਂ ਕਰਦੀ ਮੈਂ ਇਹ ਵੀ ਸੋਚ ਲਓ ਤੁਸੀਂ ਇਸ ਤੋਂ ਬਾਅਦ ਮੈਂ ਤੁਹਾਡੇ ਤੋਂ ਠੀਕ ਹੈ ਇਹ ਪਤਾ ਵਾਧੂ ਹੈ ਆਈ ਥਿੰਕ ਅਸੀਂ ਨਾ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇ ਬੀ ਥੋੜ੍ਹਾ ਪ੍ਰੋਫੈਸ਼ਨਲਿਜ਼ਮ 'ਚ ਥੋੜ੍ਹਾ ਜਿਹਾ ਮਤਲਬ ਆ ਜਾਂਦਾ ਹੈ ਜਿਵੇਂ ਪੰਕਚੁਐਲਿਟੀ ਥੋੜ੍ਹੀ ਟੇਢੀ ਮੇਢੀ ਰਹਿੰਦੀ ਹੈ ਅਤੇ ਹਾਂ ਆਈ ਥਿੰਕ ਪ੍ਰੋਫੈਸ਼ਨਲਿਜ਼ਮ ਥੋੜ੍ਹਾ ਹਾਂ वैसे ता मतलब पंजाबी बहुत वधी है एक मेनू इना च ना जो लगता है ਥੋੜ੍ਹੇ ਜਿਹੇ ਓਵਰ ਕੌਨਫੀਡੈਂਟ ਹੈ ਓਵਰ ਕੌਨਫੀਡੈਂਟ ਇਹ ਹੈਗੇ ਆ ਮੈਂ ਵੇਖੇ ਵੀ ਹੈ ਮਤਲਬ ਇੰਨੀ ਕੁ ਚੀਜ਼ ਨੂੰ ਇੱਦਾਂ ਵਧਾਉਣਾ ਇਹਨਾਂ ਨੇ ਇੱਦਾਂ ਕਰਨਾ ਆਪਾਂ ਇਹ ਕਰਤਾ ਆਪਾਂ ਉਹ ਕਰਤਾ ਹੈ ਨਾ ਅਤੇ ਇਹ ਚੀਜ਼ਾਂ ਇਹਨਾਂ 'ਚ ਹੈਗੀਆਂ ਅਤੇ ਦੁਬਾਰਾ ਫਿਰ ਪੁੱਛੋ ਕੀ ਕਹਿ ਰਹੇ ਸੀ ਹੁਣ ਮੈਨੂੰ ਦੂਜਾ ਰੀਜ਼ਨ ਵੀ ਦੱਸੋ ਕਿ ਹਾਂ ਕੀ ਪਸੰਦ ਨਹੀਂ ਹੈਗਾ ਤੁਸੀਂ ਵਾਧੂ ਕਿਹਾ ਮੈਨੂੰ ਦੋ ਤਿੰਨ ਚੀਜ਼ਾਂ ਦੱਸਣੀਆਂ ਤੁਸੀਂ ਇੱਕ ਜਿੱਦਾਂ ਕ੍ਰਿਤੀ ਨੇ ਕਿਹਾ ਕਿ ਥੋੜ੍ਹੇ ਅਨਪ੍ਰੋਫੈਸ਼ਨਲ ਹੈਗੇ ਹੈ ਇੱਥੇ ਉਹ ਵੀ ਸ਼ਾਇਦ ਇੱਕ ਕਮੀ ਹੈ ਅਗਰ ਥੋੜ੍ਹਾ ਅਤੇ ਦੂਜਾ ਮੈਨੂੰ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਖਟਕਦੀ ਹੈ ਇਵਨ ਪਤਾ ਨਹੀਂ ਇਨਸਕਿਓਰ ਹੈ ਜਾਂ ਕੀ ਹੈ ਇਹ ਕਦੇ ਨਾ ਕਿਸੇ ਨੂੰ ਮਤਲਬ ਇਹ ਮੈਨੂੰ ਲੱਗਦਾ ਇੱਦਾਂ ਦਾ ਕਿ ਸਪੋਰਟ ਬਹੁਤ ਘੱਟ ਕਰਦੇ ਹਾਂ ਆਰਟਿਸਟ ਨੂੰ ਜਿੱਦਾਂ ਹੁੰਦਾ ਇਹ ਚੀਜ਼ ਅਸੀਂ ਦੇਖਿਆ ਤੁਸੀਂ ਨਵੇਂ ਕਹਿ ਰਹੇ ਹੋ ਜਾਂ ਕੁਛ ਹੈ ਅਗਰ ਏਕਾ ਬਣਾ ਕੇ ਰੱਖਣ ਨਾ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਕਿਤੇ ਤੋਂ ਕਿਤੇ ਚਲੇ ਜਾਵੇ ਹੈ ਨਾ ਪਰ ਪਤਾ ਨਹੀਂ ਆਪਸ 'ਚ ਲੜੀ ਜਾਂਦੇ ਆ ਜਾਂ ਕੁਛ ਹੈ ਕਿ ਕੀ ਐਕਸਪਲੇਨ ਕਰਾਂ ਹੁਣ ਕੁਝ ਗਲਤ ਬੋਲਿਆ ਜਾਊਗਾ ਮਤਲਬ ਇੱਕ ਤਰ੍ਹਾਂ ਦੇ ਨਾਲ ਇੱਕ ਆਫਟਰ ਵਨ ਪੁਆਇੰਟ ਅਸੀਂ ਸੋਚਿਆ ਸੀਗਾ ਕਿ ਹੁਣ ਸ਼ਾਇਦ ਪੰਜਾਬੀ ਆਰਟਿਸਟ ਇਕੱਠੇ ਹੋ ਗਏ ਨੇ ਕਿਉਂਕਿ ਕਹਿ ਰਹੇ ਸੀਗੇ ਨਾ ਕਿ ਅਸੀਂ ਭਰਾ ਭਰਾ ਹੈਗੇ ਹੁਣ ਅਸੀਂ ਨਹੀਂ ਲੜਾਂਗੇ ਬਟ ਤੁਹਾਨੂੰ ਨਹੀਂ ਲੱਗਦਾ ਕਿ ਹਜੇ ਵੀ ਨਹੀਂ ਇਕੱਠੇ ਹੋਏ ਨਹੀਂ ਹੋਏ ਮੈਨੂੰ ਨਹੀਂ ਲੱਗਦਾ ਮੈਂ ਉਹੀ ਗੱਲ ਕਰਦਾ ਕਿ ਹੁਣ ਕਹਿ ਦੇਣਗੇ ਅਸੀਂ ਇਕੱਠੇ ਹਾਂ ਹੈ ਨਾ ਅਸੀਂ ਭਰਾ ਭਰਾ ਹੈ ਬਟ ਅਗਰ ਤੁਸੀਂ ਪਿੱਛੇ ਜਾਓਗੇ ਫਿਰ ਉਹੀ ਚੀਜ਼ਾਂ ਹੋ ਰਹੀਆਂ ਮਤਲਬ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਈਵਨ ਇਹਨਾਂ ਨੂੰ ਇੱਕ ਦੂਜੇ ਦਾ ਸਪੋਰਟ ਕਰਨਾ ਚਾਹੀਦਾ ਪਹਿਲਾਂ ਕੀ ਸੀ ਪੰਜਾਬੀ ਇੰਡਸਟਰੀ ਛੋਟੀ ਸੀ ਹੈ ਨਾ ਅਤੇ ਹੁਣ ਤਾਂ ਕਾਫੀ ਵੱਡੀ ਹੋ ਗਈ ਹੈ ਪੰਜਾਬੀ ਇੰਡਸਟਰੀ ਤਾਂ ਮੈਨੂੰ ਲੱਗਦਾ ਕਿ ਇਸ ਨੂੰ ਹੋਰ ਵੱਡੀ ਬਣਾਇਆ ਜਾ ਸਕਦਾ ਅਗਰ ਸਾਰੇ ਸੀਨੀਅਰ ਐਕਟਰਸ ਦਾ ਜਾਂ ਐਕਟਰ ਦਾ ਸਪੋਰਟ ਹੋਵੇ ਸਾਰੀਆਂ ਚੀਜ਼ਾਂ ਹੋਣ ਬਾਕੀ ਚਲੋ ਮੈਨੂੰ ਲੱਗਦਾ ਹੌਲੀ ਹੌਲੀ ਟਾਈਮ ਨਾਲ ਸਾਰਾ ਕੁਝ ਸਹੀ ਹੋ ਜਾਊਗਾ ਈਵਨ ਤੁਹਾਡਾ ਡੈਬਿਊ ਹੈਗਾ ਸੋ ਹਜੇ ਤੁਸੀਂ ਸੋਚਦੇ ਹੋ ਕਿ ਜਿਵੇਂ ਪੇਂਟ ਦਾ ਪੋਸਟਰ ਰਿਲੀਜ਼ ਹੋਇਆ ਟ੍ਰੇਲਰ ਰਿਲੀਜ਼ ਹੋਇਆ ਸੋ ਪੰਜਾਬੀ ਇੰਡਸਟਰੀ ਦੇ ਵੱਲੋਂ ਇਸ ਨੂੰ ਸਪੋਰਟ ਨਹੀਂ ਮਿਲਿਆ ਆਰ ਯੂ ਸੇਇੰਗ ਦੈਟ ਕਹਿ ਸਕਦੇ ਹਾਂ ਮੈਂ ਇਹ ਕਹਾਂਗਾ ਮੈਂ ਕੁਝ ਲੋਕਾਂ ਨੂੰ ਕਿਹਾ ਵੀ ਹੈ ਅਤੇ ਕੁਛ ਨੂੰ ਨਹੀਂ ਵੀ ਕਿਹਾ ਮੈਂ ਉਹ ਵੀ ਕਹਿੰਦਾ ਜਦੋਂ ਈਵਨ ਅਗਰ ਮੰਨ ਲਓ ਤੁਸੀਂ ਹੈ ਤੁਹਾਡੇ 50 ਲੋਕ ਜਾਣ ਪਛਾਣ ਹੈ ਅਗਰ ਜਿੱਦਾਂ ਮੈਂ ਮੇਰੇ 50 ਲੋਕ ਜਾਣ ਪਛਾਣ ਮੈਨੂੰ ਲੱਗਦਾ ਕਿ ਆਪਣੇ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ ਤੁਹਾਡੇ ਅਸਲ ਫਰੈਂਡ ਜਾਂ ਉਹ ਹੀ ਹੁੰਦੇ ਹੈ ਜਿਹੜਾ ਮਤਲਬ ਜਿਹੜੇ ਮੈਂ ਏਕੇ ਦੀ ਗੱਲ ਕਰਦਾ ਸੀ ਅਗਰ ਮੇਰੀ ਕੋਈ ਚੀਜ਼ ਆਈ ਹੈ ਮੇਰਾ ਕੋਈ ਫਰੈਂਡ ਸਰਕਲ ਹੈ 10 ਲੋਕਾਂ ਦਾ 20 ਲੋਕਾਂ ਦਾ ਤਾਂ ਮੈਨੂੰ ਉਹਨਾਂ ਨੂੰ ਵਾਰ ਵਾਰ ਕਹਿਣਾ ਨਾ ਪਵੇ ਹੈ ਨਾ ਕਿ ਇਹ ਚੀਜ਼ ਸ਼ੇਅਰ ਕਰਨੀ ਹੈ ਇਹ ਚੀਜ਼ ਦੇਖਣ ਜਾਣਾ ਜਾਂ ਕੁਛ ਹੈ ਉਹ ਸਭ ਹੈ ਅਤੇ ਪਰ ਮੈਨੂੰ ਲੱਗਦਾ ਇੱਥੇ ਇੱਦਾਂ ਦਾ ਕੁਛ ਨਹੀਂ ਹੁੰਦਾ ਹਰ ਬੰਦੇ ਨੂੰ ਕਹਿੰਦੇ ਹੁੰਦਾ ਆਪਣਾ ਆਪਣਾ ਹੈ
ਇੱਥੇ ਇੱਕ ਇਹ ਚੀਜ਼ ਵੀ ਹੈ ਕਿ ਅਗਰ ਸ਼ਾਇਦ ਅਸੀਂ ਇਹ ਚੀਜ਼ ਸ਼ੇਅਰ ਕਰ ਦਾਂਗੇ, ਮੈਂ ਕਹਿਣਾ ਮਤਲਬ ਇਹ ਚੀਜ਼ ਸੱਚ ਹੈ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਆਡੀਅੰਸ ਜਾਂ ਸਾਡੀ ਫੈਨ ਫੋਲੋਇੰਗ ਉਹਨਾਂ ਨਾਲ ਜੁੜ ਜੂਗੀ। ਇੱਦਾਂ ਮੈਨੂੰ ਲੱਗਦਾ ਕਦੇ ਵੀ ਨਹੀਂ ਹੁੰਦਾ, ਕਿਉਂਕਿ ਮੈਂ ਦੱਸਦਾ ਤੁਹਾਨੂੰ, ਮੈਂ ਇੱਕ ਦੋ ਜੋ ਨੋਨ ਫੇਸ ਹੈ, ਨਾਮ ਤਾਂ ਚਲੋ ਕੀ ਲੈਣਾ, ਉਹਨਾਂ ਨੂੰ ਕਿਹਾ ਸੀ ਪੋਸਟਰ ਸ਼ੇਅਰ ਕਰਨ ਨੂੰ ਅਤੇ ਉਹਨਾਂ ਨੇ ਕੀਤਾ ਨਹੀਂ ਹੈ। ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਅਗਰ ਅਸੀਂ ਇਸਦਾ ਪੋਸਟਰ ਸਟੋਰੀ 'ਚ ਜਾਂ ਕਿਤੇ ਪਾ ਦਿੱਤਾ ਜਾਂ ਕੁਛ ਹੈ, ਕਿਤੇ ਸਾਡੀ ਆਡੀਅੰਸ ਮਤਲਬ ਜਾਂ ਸਾਡੇ ਜਿਹੜੇ ਵੀ ਹੈਗੇ ਆ ਫੈਨ ਤਾਂ ਇਹਨੂੰ ਫੋਲੋ ਨਾ ਕਰ ਲੈਣ ਜਾਂ ਉੱਧਰ ਨਾ ਚਲੇ ਜਾਣ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਅੱਜ ਤੱਕ ਕਦੇ ਇਹ ਦੇਖਿਆ ਕਿ ਅਗਰ ਮੰਨ ਲਓ ਮੇਰਾ ਮੈਨੂੰ ਕੋਈ ਫੋਲੋ ਕਰਦਾ, ਮੈਂ ਕਹਿ ਦਿੰਦਾ ਕਿ ਤੁਸੀਂ ਅਕ੍ਰਿਤੀ ਦਾ ਮੈਂ ਪੋਸਟਰ ਪਾਉਣਾ, ਕਿ ਮੈਨੂੰ ਅਨਫੋਲੋ ਕਰਕੇ ਇਹਨੂੰ ਫੋਲੋ ਕਰ ਲਏਗਾ, ਇੱਦਾਂ ਦਾ ਕਦੇ ਵੀ ਨਹੀਂ ਹੁੰਦਾ। ਈਵਨ ਉਹਨੂੰ ਕਰ ਲਏਗਾ, ਪਰ ਫਿਰ ਵੀ ਪਤਾ ਨਹੀਂ ਸਾਡੀ ਇੰਡਸਟਰੀ ਮਤਲਬ ਲੋਕ ਇੱਦਾਂ ਇਨਸਿਕਿਉਰ ਕਿਉਂ ਹੈ, ਇਨਸਿਕਿਉਰਿਟੀ ਲੈਵਲ ਜ਼ਿਆਦਾ, ਇਹ ਜ਼ਿਆਦਾ ਹੀ ਹੈ ਥੋੜ੍ਹਾ, ਇਹ ਕੀ ਪਤਾ ਕਦੇ ਠੀਕ ਹੋਵੇ, ਬਟ ਪਤਾ ਹੋਣਾ ਚਾਹੀਦਾ। ਮੈਂ ਉਹੀ ਕਹਿਣਾ ਕਿ ਸਪੋਰਟ ਕਰਨਾ ਚਾਹੀਦਾ ਇੱਕ ਦੂਜੇ ਨੂੰ, ਹੈ ਨਾ, ਉਹਦੇ ਨਾਲ ਕੁਛ ਵੀ ਨਹੀਂ ਹੁੰਦਾ। ਈਵਨ ਇੰਡਸਟਰੀ ਨੂੰ ਪਤਾ ਲੱਗਣਾ ਕੋਈ ਨਵੀਂ ਚੀਜ਼ ਆਉਂਦੀ ਹੈ, ਅਗਰ ਸਾਨੂੰ ਵੀ ਕਹੇਗਾ ਅਸੀਂ ਪਾਉਂਦੇ ਹਾਂ ਜਾਂ ਕੋਈ ਵੀ ਹੈ, ਈਵਨ ਤਾਜ ਭਰਾ ਮੋਸਟਲੀ ਸਟੋਰੀਆਂ ਪਾਉਂਦੇ ਰਹਿੰਦੇ ਹਾਂ, ਹੈ ਨਾ, ਸਾਰਿਆਂ ਦਾ ਕਿ ਲੋਕਾਂ ਤੱਕ ਕੋਈ, ਦੇਖੋ ਹਰ ਬੰਦਾ ਕੋਈ ਵੀ ਪ੍ਰੋਡਕਟ ਬਣਾਉਂਦਾ ਬਹੁਤ ਮਿਹਨਤ ਕਰਕੇ ਬਣਾਉਂਦਾ, ਇੱਕ ਸਪੋਟ ਬੋਏ ਤੋਂ ਲੈ ਕੇ ਇੱਕ ਡਾਇਰੈਕਟਰ ਤੱਕ ਜਿੰਨੇ ਵੀ ਉਸ 'ਚ ਲੈਵਲ ਆ, ਸਭ ਦੀ ਮਿਹਨਤ ਲੱਗੀ ਹੁੰਦੀ ਹੈ। ਅਗਰ ਅਸੀਂ ਉਸ ਉਹੀ ਚੀਜ਼, ਚਲੋ ਸਾਡਾ ਇੱਕ ਆਪਣਾ ਸਰਕਲ, ਉਹਨਾਂ ਦਾ ਆਪਣਾ ਸਰਕਲ ਹੈ, ਅਸੀਂ ਅਗਰ ਉਹ ਚੀਜ਼ ਸਟੋਰੀ ਪਾ ਵੀ ਦਿੰਦੇ ਹਾਂ ਜਾਂ ਸ਼ੇਅਰ ਵੀ ਕਰ ਦਿੰਦੇ ਹਾਂ, ਈਵਨ ਬਹੁਤ ਸਾਰੇ ਲੋਕਾਂ ਤੱਕ ਉਹ ਜਾਂਦਾ, ਈਵਨ ਸਾਡੀ ਪੰਜਾਬੀ ਇੰਡਸਟਰੀ ਹੀ ਗਰੋ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਪੰਜਾਬੀ ਇੰਡਸਟਰੀ 'ਚ ਕੋਈ ਪ੍ਰੋਡਕਟ ਜਾਂ ਕੋਈ ਮੂਵੀ ਆਈ ਹੈ। ਪਰ ਇਹ ਕਿਤੇ ਨਾ ਕਿਤੇ ਥੋੜ੍ਹੀ ਕਮੀ ਲੱਗਦੀ ਹੈ ਕਿ ਬਹੁਤ ਘੱਟ ਲੋਕ ਇਹ ਚੀਜ਼ ਸ਼ੇਅਰ ਕਰਦੇ ਹਾਂ, ਜਾਂ ਪਤਾ ਨਹੀਂ ਉਹੀ ਸੇਮ ਕਿ ਇਨਸਿਕਿਉਰਿਟੀ ਹੈ ਕੀ ਹੈ, ਇਹ ਹੁਣ ਰੱਬ ਜਾਣਦਾ। ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ 'ਚ। ਪੰਜਾਬੀ ਇੰਡਸਟਰੀ ਦੇ ਵਿੱਚ ਨਵੇਂ ਚਿਹਰਿਆਂ ਦਾ ਆਉਣਾ ਮਤਲਬ ਇਹ ਸੌਖਾ ਰਾਹ ਆ ਜਾਂ ਫਿਰ ਡਿਫਿਕਲਟ ਹੈ ਕਿ ਨਵੇਂ ਚਿਹਰੇ ਇਸਟੈਬਲਿਸ਼ ਹੋ ਰਹੇ ਨੇ? ਨਹੀਂ, ਇਹ ਮਤਲਬ ਰਾਹ ਤਾਂ ਬਹੁਤ ਔਖਾ ਹੈ, ਨੋ ਡਾਊਟ, ਹੈ ਨਾ, ਕਿਉਂਕਿ ਪ੍ਰੋਡਿਊਸਰ ਵੀ ਕੀ ਹੁੰਦਾ ਨਵੇਂ ਚਿਹਰਿਆਂ 'ਤੇ, ਉਹੀ ਸੇਮ ਗੱਲ ਆ ਗਈ ਹੈ, ਨਵੇਂ ਚਿਹਰੇ 'ਤੇ ਰਿਸਕ ਹੁੰਦਾ ਇੱਕ ਹਰ ਪ੍ਰੋਡਿਊਸਰ ਦਾ, ਹੈ ਨਾ, ਕਿ ਨਵੇਂ ਜਾਂ ਤਾਂ ਤੁਸੀਂ ਕੁਛ ਕੰਟੈਂਟ ਹੀ ਇੱਦਾਂ ਦਾ ਲਿਆਓ, ਤੁਸੀਂ ਮੂਵੀ ਇੱਦਾਂ ਦੀ ਬਣਾ ਦਿਓ ਕਿ ਆਡੀਅੰਸ ਇੱਕ ਵਾਰ ਤੁਹਾਨੂੰ ਦੇਖੇ, ਹੈ ਨਾ, ਉਹਦੇ ਵਿੱਚ ਵੀ ਫਿਰ ਪ੍ਰੋਡਿਊਸਰ ਵੀ ਫਿਰ ਕਿਤੇ ਨਾ ਕਿਤੇ ਇਨਸਿਕਿਉਰ ਹੁੰਦਾ। ਸਾਡੇ ਨਾਲ ਹੋਇਆ ਵੀ ਸੀ, ਤਾਜ ਭਾਅ ਜੀ ਇੱਕ ਮੂਵੀ ਬਣਾ ਰਹੇ ਸੀ ਅਤੇ ਉਹਦੇ 'ਚ ਸੇਮ ਇਹ ਚੀਜ਼ ਮੇਰੇ ਨਾਲ ਹੀ ਹੋਈ ਹੈ, ਹੈ ਨਾ, ਅਤੇ ਜਦੋਂ ਮੇਰੀ ਪਹਿਲੀ ਮੂਵੀ ਅਸੀਂ ਅਨਾਊਂਸ ਕੀਤੀ ਸੀ ਤਾਂ ਮਤਲਬ ਕੁਛ ਪ੍ਰੋਡਿਊਸਰ ਸੀ, ਉਹਨਾਂ ਨੇ ਭਾਅ ਜੀ ਨੂੰ ਕਿਹਾ ਸੀ ਕਿ ਭਾਅ ਜੀ ਜੇ ਆਪਾਂ ਇਹਦੇ 'ਚ ਕੋਈ ਨੋਨ ਫੇਸ ਲੈ ਲਈਏ, ਹੈ ਨਾ, ਅਤੇ ਭਾਅ ਜੀ ਕਹਿੰਦੇ ਭਾਅ ਜੀ ਨੋਨ ਫੇਸ ਹੋਏਗਾ, ਥੋੜ੍ਹਾ ਬਜਟ ਵੱਧ ਜਾਏਗਾ ਜਾਂ ਉਹ ਥੋੜ੍ਹੇ ਨਖਰੇ ਵੀ ਝੱਲਣੇ ਪੈਣੇ, ਸਾਰਾ ਕੁਛ ਹੈ। ਫਿਰ ਉਹਨੂੰ ਲੱਗਿਆ ਕਿ ਚੱਲ ਠੀਕ ਹੈ ਆਪਾਂ ਕਰ ਲਾਂਗੇ, ਪਰ ਘੱਟੋ ਘੱਟ ਲੋਕਾਂ ਨੂੰ ਲੱਗੇਗਾ ਤਾਂ ਸਹੀ ਨਾ ਕੋਈ ਨੋਨ ਫੇਸ ਲਿਆ, ਹੈ ਨਾ, ਅਤੇ ਇਹ ਚੀਜ਼ ਨਾ ਨਵੇਂ ਆਰਟਿਸਟਾਂ ਨੂੰ ਝੱਲਣੀ ਪੈਂਦੀ ਹੈ। ਪ੍ਰੋਡਿਊਸਰ ਵੀ ਕਿਤੇ ਨਾ ਕਿਤੇ, ਚਲੋ ਉਹ ਚੀਜ਼ ਸੱਚ ਵੀ ਹੈ, ਕਿਤੇ ਨਾ ਕਿਤੇ ਸਿਕਿਓਰ ਹੋਣਾ ਚਾਹੁੰਦੇ, ਅਗਰ ਉਹ ਪੈਸਾ ਲਾਉਂਦੇ ਆ ਤਾਂ ਉਹਨਾਂ ਨੂੰ ਵੀ ਹੁੰਦਾ ਕਿ ਸਾਡੀ ਰਿਕਵਰੀ ਹੋਵੇ, ਹੈ ਨਾ, ਪਰ ਸੇਮ ਉਹੀ ਚੀਜ਼ ਹੈ ਕਿ ਤੁਹਾਡਾ ਕੰਟੈਂਟ ਵਧੀਆ ਹੋਏਗਾ ਤਾਂ ਉਹ ਚੀਜ਼ ਚੱਲੇਗੀ ਚੱਲੇਗੀ। ਤੁਸੀਂ ਕੋਈ ਵੱਡਾ ਆਰਟਿਸਟ ਵੀ ਲੈ ਲਓਗੇ, ਇੱਦਾਂ ਦੇ ਕਿੱਦਾਂ ਦੇ ਕਿੰਨੇ ਇਗਜ਼ਾਮਪਲ ਹੈ ਕਿ ਤੁਸੀਂ ਵੱਡੇ ਆਰਟਿਸਟ ਵੀ ਲੈਂਦੇ ਆ, ਉਸਦੇ ਬਾਵਜੂਦ ਵੀ ਫਿਲਮਾਂ ਉਹਨਾਂ ਦੀ ਬੈਕ ਟੂ ਬੈਕ ਫਲੋਪ ਹੁੰਦੀ ਹੈ। ਜਦੋਂ ਤੱਕ ਕੁਛ ਨਈ ਜਾਂ ਫਰੈਸ਼ ਚੀਜ਼ ਨਹੀਂ ਦਿਓਗੇ ਤਾਂ ਸ਼ਾਇਦ, ਹੁਣ ਜਨਤਾ ਬਹੁਤ ਸਮਝਦਾਰ ਹੈ, ਹੁਣ ਉਹ ਇਹ ਨਹੀਂ ਹੈ ਕਿ ਇਹ ਫਲਾਣਾ ਦੇਖਿਆ ਕਿ ਹਾਂ ਇਹਦੀ ਮੂਵੀ ਦੇਖਣ ਜਾਣਾ, ਵਧੀਆ ਲੱਗੇਗੀ ਤਾਂ ਜ਼ਰੂਰ ਦੇਖਣ ਜਾਵਾਂਗੇ, ਮਤਲਬ ਨਹੀਂ ਵਧੀਆ ਲੱਗੇਗੀ ਤਾਂ ਘਰ ਬੈਠੇ ਹਾਂ। ਤਾਂ ਲੋਕਾਂ ਨੂੰ ਇਸ ਸੇਮ ਥੀਏਟਰ ਤੱਕ ਖਿੱਚਣ ਲਈ ਤੁਹਾਨੂੰ ਕੁਛ ਫਰੈਸ਼ ਅਤੇ ਅਲੱਗ ਤਾਂ ਦੇਣਾ ਹੀ ਪੈਣਾ। ਸੋ ਅਕ੍ਰਿਤੀ, ਯੂ ਨੋ, ਜੇ ਮੈਂ ਐਕਟਰਸ ਦੀ ਗੱਲ ਕਰਾਂ ਪੰਜਾਬੀ ਇੰਡਸਟਰੀ ਦੀ, ਤਾਂ ਮੈਨੂੰ ਲੱਗਦਾ ਕਿ ਜੇ ਕੋਈ ਸਿੰਗਰ ਹੁੰਦਾ ਤਾਂ ਉਹ ਐਕਟਰ ਵੱਲ ਨੂੰ ਯੂ ਨੋ ਉਸ ਜਰਨੀ ਦੇ ਵਿੱਚ ਆ ਜਾਂਦਾ ਹੈ। ਸੋ ਕਿਤੇ ਨਾ ਕਿਤੇ ਜਿਹੜੀ ਐਕਟਰਸ ਦੀ ਤਾਦਾਦ ਹੈ ਨਾ, ਉਹ ਤਾਂ ਸਾਡੇ ਕੋਲ ਵਧੀਆ ਹੈਗੀ ਹੈ, ਬਟ ਜਦੋਂ ਐਕਟਰਸਿਸ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਲਿਮਿਟਿਡ ਹੈਗੀ ਹੈ। ਈਵਨ ਅਸੀਂ ਰਿਪੀਟਿਡ ਫੇਸ ਹੀ ਦੇਖਦੇ ਰਹਿੰਦੇ ਹਾਂ। ਈਵਨ ਜੇ ਅਸੀਂ ਇੱਕ ਬਹੁਤ ਹੀ ਵੱਡੀ ਐਕਟਰਸ ਨੂੰ ਵੀ ਦੇਖ ਰਹੇ ਹਾਂ, ਨੋਟ ਐਵਰੀ ਵਨ ਆਈ ਐਮ ਟਾਕਿੰਗ ਅਬਾਊਟ, ਜੇ ਅਸੀਂ ਕੁਛ ਫਿਊ ਐਕਟਰਸਿਸ ਹੈਗੀਆਂ ਨਾ ਜਿਨ੍ਹਾਂ ਦਾ ਵੱਡਾ ਨਾਮ ਹੈਗਾ, ਬਟ ਸਟਿਲ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸਕਰੀਨ ਸਪੇਸ ਇੰਨੀ ਜ਼ਿਆਦਾ ਨਹੀਂ। ਜੇ ਤੁਹਾਨੂੰ ਕੱਲ ਨੂੰ ਇਸ ਤਰ੍ਹਾਂ ਦਾ ਆ ਜਾਂਦਾ ਹੈ ਕਿ ਤੁਸੀਂ ਇੱਕ ਵੱਡੇ ਐਕਟਰ ਦੇ ਨਾਲ ਤਾਂ ਫਿਲਮ ਕਰ ਰਹੇ ਹੋ, ਬਟ ਤੁਹਾਡੀ ਸਕਰੀਨ ਸਪੇਸ ਘੱਟ ਹੈਗੀ ਹੈ, ਕੀ ਤੁਸੀਂ ਉਹ ਰੋਲ ਐਕਸੈਪਟ ਕਰੋਗੇ? ਕੀ ਤੁਸੀਂ ਉਸ ਲੀਨ ਦੇ ਵਿੱਚ ਆਵੋਗੇ? ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਮੈਂ ਦੇਖੂੰਗੀ ਕਿ ਸਟੋਰੀ ਕੀ ਕਹਿੰਦੀ ਹੈ। ਮੇਰਾ ਕੈਰੈਕਟਰ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਟ ਰੀਅਲੀ ਡਜ਼ਨਟ ਮੈਟਰ ਕਿ ਲੈਂਥ ਆਫ ਦਾ ਕੈਰੈਕਟਰ, ਜਿਵੇਂ ਹੁਣ ਅਸੀਂ ਸੁੱਖ ਦੇ ਕੈਰੈਕਟਰ ਦੀ ਗੱਲ ਕੀਤੀ ਹੈ, ਅਤੇ ਕਈ ਵਾਰ ਉਹ ਇੰਪੋਰਟੈਂਟ ਕੈਰੈਕਟਰ ਵੀ ਹੁੰਦਾ ਹੈ ਨਾ, ਅਤੇ ਮੈਨੂੰ ਲੱਗਦਾ ਹੈ ਕਿ ਅਗਰ ਸਟੋਰੀ ਮੈਨੂੰ ਵਧੀਆ ਲੱਗੇਗੀ ਅਤੇ ਮੈਂ ਸੈਟਿਸਫਾਈਡ ਫੀਲ ਕਰੂੰਗੀ, ਦੈਟ ਮੇ ਬੀ ਆਈ ਕੈਨ ਡੂ ਇਟ। ਬਾਕੀ ਅਗਰ ਸਕਰੀਨ ਸਪੇਸ, ਜਿਵੇਂ ਆਈ ਥਿੰਕ
ਇਹਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਵਧੀਆ ਸਕਰੀਨ ਸਪੇਸ ਦਿੱਤੀ ਹੈ ਐਂਡ ਆਮ ਹੈਪੀ ਟੂ ਹੈਵ ਦੈਟ ਅਤੇ ਇੱਦਾਂ ਦੀ ਕੋਈ ਮਤਲਬ ਹੋਏ ਤਾਂ ਆਈ ਥਿੰਕ ਫਿਰ ਤਾਂ ਮਤਲਬ ਬਹੁਤ ਵਧੀਆ ਗੱਲ ਹੈ ਬਟ ਹਾਂ ਇਫ ਇਟਸ ਲਾਈਕ ਦੈਟ ਅਤੇ ਇਟ ਡਿਪੈਂਡਸ ਔਨ ਦਿਸ ਕੋਨਸੈਪਟ ਐਂਡ ਸਟੋਰੀ ਕੋਨਸੈਪਟ ਤਾਂ ਚਲੋ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਮਿਲ ਗਿਆ ਤੇ ਜਿਵੇਂ ਸੁੱਖ ਦਾ ਕਰੈਕਟਰ ਹੈ ਇੰਪੋਰਟੈਂਟ ਕਰੈਕਟਰ ਹੈ ਆਪਾਂ ਉਹਨਾਂ ਦੀ ਸਕਰੀਨ ਸਪੇਸ ਨੂੰ ਨਹੀਂ ਯੂ ਨੋ ਇਨਾ ਤਵੱਜੋ ਦੇ ਸਕਦੇ ਕਿਉਂਕਿ ਜੇ ਕੁਆਲਿਟੀ ਹੈਗੀ ਹੈ ਤਾਂ ਕੁਆਂਟਿਟੀ ਦਾ ਕੀ ਮਕਸਦ ਬਟ ਆਈ ਐਮ ਟਾਕਿੰਗ ਅਬਾਊਟ ਕਿ ਬਹੁਤ ਸਾਰੇ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਨੇ ਜਿਸ ਦੇ ਵਿੱਚ ਨਾ ਕੁਆਲਿਟੀ ਹੁੰਦੀ ਹੈ ਨਾ ਕੁਆਂਟਿਟੀ ਹੁੰਦੀ ਹੈ ਇੱਕ ਐਕਟਰਸ ਦੇ ਲਈ ਤੇ ਜੇ ਉਹ ਤੁਹਾਡੇ ਕੋਲ ਆਫਰ ਆਉਂਦਾ ਹੈ ਤੇ ਐਕਟਰ ਇੱਕ ਬਹੁਤ ਵੱਡਾ ਹੈ ਯੂ ਨੋ ਇੱਕ ਤਰ੍ਹਾਂ ਦੇ ਨਾਲ ਉਹ ਗਰੰਟੀ ਦੇ ਦਿੰਦੇ ਕਿ ਫਿਲਮ ਤਾਂ ਹਿੱਟ ਹੀ ਆ ਫਿਲਮ ਤਾਂ ਦੇਖਣ ਆਉਂਗੇ ਆਉਂਗੇ ਸੋ ਤੁਸੀਂ ਇਸ ਤਰ੍ਹਾਂ ਦੇ ਆਫਰ ਨੂੰ ਹਾਂ ਕਹੋਗੇ ਕਦੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਕੁਆਲਿਟੀ ਵਧੀਆ ਨਹੀਂ ਹੈ ਤਾਂ ਨਹੀਂ 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 ਓਕੇ ਠੀਕ ਹੈ ਕੁਆਲਿਟੀ ਆਪਾਂ ਬਿਲਕੁਲ ਵੀ ਨਹੀਂ ਹੈ ਨਾ ਕੰਪਰੋਮਾਈਜ਼ ਨਹੀਂ ਕਰ ਸਕਦੇ ਓਕੇ ਥੈਂਕ ਯੂ ਸੋ ਮਚ ਗਾਇਸ ਇਟ ਵਾਸ ਲਵਲੀ ਟਾਕਿੰਗ ਟੂ ਯੂ ਐਂਡ ਆਈ ਐਮ ਗਲੈਡ ਯਾ ਯੂ ਗਾਇਸ ਵਰ ਓਨੈਸਟ ਡਿਪਲੋਮੈਟਿਕ ਥੈਂਕ ਯੂ ਓਕੇ ਸੋ ਇੱਕ ਵਾਰੀ ਲਾਸਟ ਵਾਰੀ ਅਸੀਂ ਆਈ ਥਿੰਕ ਪੇਂਟਰ ਦਾ ਕਹਿ ਦਿੰਦੇ ਹਾਂ ਕਦੋਂ ਰਿਲੀਜ਼ ਹੋ ਰਹੀ ਹੈ ਤੁਹਾਡਾ ਕੈਮਰਾ ਉਹ ਹੈਗਾ ਤਾਂ ਤੁਸੀਂ ਆਪਣੀ ਅਪੀਲ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਫਿਲਮ ਆ ਰਹੀ ਹੈ ਪੇਂਟਰ 12 ਮਈ ਨੂੰ ਤੁਸੀਂ ਸਾਰੇ ਜਾ ਕੇ ਜ਼ਰੂਰ ਦੇਖ ਕੇ ਆਇਓ ਇੱਕ ਬਹੁਤ ਹੀ ਯੂਨੀਕ ਅਤੇ ਆਰਟਿਸਟਿਕ ਜਿਹਾ ਕੋਨਸੈਪਟ ਹੈ ਜੋ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਵੇਖ ਸਕਦੇ ਹੋ ਅਤੇ ਸਾਨੂੰ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਜਿਵੇਂ ਕ੍ਰਿਤੀ ਕਹਿ ਰਹੀ ਕਿ ਇਹ ਬਹੁਤ ਹੀ ਵੱਖਰਾ ਕੰਟੈਂਟ ਹੈ ਇੱਕ ਅਤੇ ਤੁਹਾਨੂੰ ਅਤੇ ਤੁਹਾਡੀ ਫੈਮਿਲੀ ਨੂੰ ਜ਼ਰੂਰ ਪਸੰਦ ਆਏਗਾ ਅਤੇ 12 ਮਈ ਨੂੰ ਪਲੀਜ਼ ਇੱਕ ਵਾਰ ਥੀਏਟਰ 'ਚ ਜਾ ਕੇ ਜ਼ਰੂਰ ਦੇਖਿਓ ਕਿਉਂਕਿ ਸਾਨੂੰ ਤੁਹਾਡੀਆਂ ਦੁਆਵਾਂ ਅਤੇ ਪਿਆਰ ਦੀ ਬਹੁਤ ਲੋੜ ਹੈ ਥੈਂਕ ਯੂ ਸੋ ਮਚ ਥੈਂਕ ਯੂ